ਤਰ੍ਹਾਂ ਕਿ ਸੂਤਰਾਂ ਮੁਤਾਬਕ ਇਹ ਵੀ ਚਰਚਾ ਦੇ ਵਿੱਚ ਹੈ ਕਿ ਲਗਭਗ ਇਸ ਕਾਰਜ ਵਾਸਤੇ 250 ਪੁਲਿਸ ਅਧਿਕਾਰੀਆਂ ਦੀ ਟੀਮ ਜਿਹੜੀ ਲੱਗੀ ਹੋਈ ਹੈ ਤਾਂ ਕਿ ਕਿਸੇ ਨਤੀਜੇ 'ਤੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅਗਨ ਭੇਟ ਕਰਨ ਵਾਲੀ ਔਰਤ ਗਰਮੇਲੋ ਦੇ ਘਰ ਕੋਲ ਖੜ੍ਹੇ ਹਾਂ ਅਤੇ ਇਸ ਪਿੰਡ ਦੀ ਜਿਹੜੀ ਸੰਗਤ ਹੈ, ਇਸ ਪਿੰਡ ਦੇ ਪੰਚ ਸਰਪੰਚ ਅਤੇ ਜਿਹੜੇ ਆਲੇ ਦੁਆਲੇ ਘਰ ਨੇ, ਜਿਹੜੀ ਗਲੀ ਵਿੱਚ ਮਾਰ ਜਾ ਰਿਹਾ, ਇਹ ਉਸ ਦੋਸ਼ੀ ਔਰਤ ਦਾ ਘਰ ਹੈ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਨੁਕਸਾਨ ਪਹੁੰਚਾਇਆ ਮਾੜੀ ਭਾਵਨਾ ਨਾਲ। ਅਤੇ ਇਸ ਔਰਤ ਨੂੰ ਇਸ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਦੁਆਰਾ ਛੇਕ ਦਿੱਤਾ ਗਿਆ। ਇਸ ਪਰਿਵਾਰ ਦੇ ਖਿਲਾਫ ਪੰਚਾਇਤ ਵੱਲੋਂ, ਸੰਗਤ ਵੱਲੋਂ ਮਤਾ ਪਾ ਦਿੱਤਾ ਗਿਆ ਅਤੇ ਇਹਨਾਂ ਨੂੰ ਇਸ ਪਿੰਡ ਵਿੱਚੋਂ ਕੱਢ ਦਿੱਤਾ ਗਿਆ। ਇਹਨਾਂ ਨੂੰ ਜਾਣ ਵਾਸਤੇ ਇੱਥੋਂ ਕਹਿ ਦਿੱਤਾ ਗਿਆ। ਜਿਹੜੇ ਇਹਨਾਂ ਦੇ ਘਰ ਪਰਿਵਾਰ ਦੇ ਹੋਰ ਮੈਂਬਰ ਨੇ, ਗੁਰੂ ਘਰ ਦੀ ਕਮੇਟੀ ਹੈ, ਪ੍ਰਧਾਨ ਸਾਹਿਬਾਨ ਨੇ, ਇਸ ਤੋਂ ਇਲਾਵਾ ਜਿਹੜੀ ਸੰਗਤ ਹੈ, ਉਹਨਾਂ ਦਾ ਜਿਹੜਾ ਪੱਖ ਹੈ ਉਹ ਅਸੀਂ ਤੁਹਾਨੂੰ ਹੁਣੇ ਸੁਣਾ ਰਹੇ ਹਾਂ। ਸੰਗਤ ਦਾ ਕੀ ਕਹਿਣਾ ਹੈ ਇਸ ਮਾਮਲੇ ਸੰਬੰਧੀ, ਜਿਵੇਂ ਤੁਸੀਂ ਇਹ ਵੇਖ ਰਹੇ ਹੋ, ਇਹ ਤਸਵੀਰਾਂ ਨੇ ਉਸ ਔਰਤ ਗਰਮੇਲੋ ਦੇ ਘਰ ਦੀਆਂ। ਇਹ ਨੇੜੇ ਜਿਹੜੇ ਇੱਥੋਂ ਦੇ ਨੇ, ਇਹ ਭੈਣ ਹਰੀ ਖੜੇ ਨੇ, ਇਹ ਭੈਣ ਜੀ ਗਰਮੇਲੋ ਦਾ ਹੀ ਘਰ ਹੈ। ਇਹ ਹੁਣ ਜਿਹੜੇ ਇਹਨਾਂ ਦਾ ਬਾਕੀ ਜਿਹੜੇ ਮੈਂਬਰ ਨੇ ਉਹ ਮਤਲਬ ਇੱਥੋਂ ਭੱਜੇ ਹੋਏ ਨੇ, ਗਏ ਹੋਏ ਨੇ। ਇਹ ਥਾਣੇ 'ਚ ਨੇ, ਥੋੜੇ ਨੇੜੇ ਵਾਲ ਘੱਟ ਹੈਗੇ। ਉਹ ਜਿਸ ਤਰ੍ਹਾਂ ਭੈਣ ਨੇ ਆਪਾਂ ਨੂੰ ਦੱਸਿਆ, ਇਹਨਾਂ ਦੇ ਬਾਕੀ ਜੀ ਜਿਹੜੇ ਫੜੇ ਹੋਏ ਨੇ, ਪ੍ਰਸ਼ਾਸਨ ਦੁਆਰਾ ਤਫਤੀਸ਼ ਜਾਰੀ ਹੈ ਤੇ ਇਹਨਾਂ ਨੂੰ ਇਸ ਪਿੰਡ ਚੋਂ ਮਤਾ ਪੈ ਚੁੱਕਿਆ ਨੇ ਇਹਨਾਂ ਨੂੰ ਘਰੋਂ ਕੱਢਣ ਦਾ। ਇੱਥੋਂ ਨਾ ਜੀ ਹਾਲੇ ਤਾਂ ਕੋਈ ਮਤਾ ਨਹੀਂ। ਗੁਰਦੁਆਰਾ ਸਾਹਿਬ ਅਸੀਂ ਗਏ ਸੀ, ਉੱਥੇ ਮਤਾ ਲਿਖਤੀ ਤੌਰ ਤੇ ਪੈ ਚੁੱਕਿਆ ਇਹਨਾਂ ਦੇ। ਕੋਈ ਦੋ ਤਿੰਨ ਹੋਰ ਨੇ ਮੈਂਬਰ ਨੇ ਇਹਨਾਂ ਦੇ ਘਰ ਦੇ ਜਿਹੜੇ ਕਹਿੰਦੇ ਨੇ ਅਸੀਂ ਸਹਿਮਤ ਆ। ਅਸੀਂ ਤੁਹਾਨੂੰ ਵੀਡੀਓ ਦਿਖਾ ਦਿੰਦੇ ਹਾਂ, ਅਸੀਂ ਹੁਣ ਇੱਥੇ ਦਿਖਾ ਦਿੰਦੇ ਤੁਹਾਨੂੰ ਵੀਡੀਓ। ਹਲੇ ਸਾਈਨ ਹੋਏ ਨਹੀਂ ਜੀ, ਕਹਿੰਦੇ ਸੀਗੇ ਹਲੇ, ਪਤਾ ਨਹੀਂ। ਅੱਛਾ, ਠੀਕ ਹੈ। ਸੋ ਜਿਸ ਤਰ੍ਹਾਂ ਦੀ ਵੀ ਪੂਰੀ ਜਾਣਕਾਰੀ ਅਸੀਂ ਹੁਣ ਗੁਰੂ ਘਰ ਦੇ ਗ੍ਰੰਥੀ ਸਿੰਘ ਜਿਹੜੇ ਇੱਥੋਂ ਦੇ ਲੋਕ ਨੇ। ਮਾਤਾ ਜੀ, ਜਿਸ ਤਰ੍ਹਾਂ ਦਾ ਇਹ ਕਾਂਡ ਹੋਇਆ, ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਨੂੰ ਇਹਨਾਂ ਦੀ ਹਰਕਤ ਕਿਸ ਤਰ੍ਹਾਂ ਦੀ ਲੱਗੀ ਹੈ? ਤੁਹਾਡਾ ਕੋਈ ਲੱਗਿਆ ਤੇ ਨਹੀਂ ਜਿਹੜਾ ਇਹਨਾਂ ਨੇ ਕਰਿਆ? ਬਹੁਤ ਗਲਤ ਕਰਿਆ ਨਾ ਇਹ, ਤੁਸੀਂ ਵੇਖ ਸਕਦੇ ਹੋ। ਜਿਹੜੀ ਇਹ ਭੈਣ ਖੜੀ, ਉਲਟਾ ਸੰਗਤ ਰੋ ਰਹੀ ਹੈ। ਇਹ ਸਾਰੇ ਜਿੰਨੇ ਵੀ ਇੱਥੋਂ ਘਰ ਦਿਖਾ ਰਿਹਾ ਮੈਂ, ਇਹ ਸਾਰੇ ਪਰਿਵਾਰ ਜਿਹੜੇ ਨੇ ਮਜ਼ਦੂਰ, ਦਿਹਾੜੀ ਦਿੱਤਾ ਆਪਣਾ ਕਰਕੇ ਵਕਤ ਗੁਜ਼ਾਰਦੇ ਹਨ। ਉਹਨਾਂ ਨੇ ਇੰਨੀ ਘਿਨਾਉਣੀ ਹਰਕਤ ਕਰੀ ਹੈ ਕਿ ਸਾਰਿਆਂ ਨੂੰ ਨਮੋਸ਼ੀ ਚੱਲਣੀ ਪੈ ਰਹੀ ਹੈ। ਸਾਰੇ ਲੋਕ ਪਰੇਸ਼ਾਨ ਨੇ ਇਸ ਗਲੀ ਦੇ ਵਿੱਚ। ਤੇ ਹੁਣ ਮੈਂ ਗੁਰੂ ਘਰ ਦੀ ਕਮੇਟੀ ਕੋਲ ਚੱਲਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਸਾਰਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਦਾ ਵਾਕਿਆ ਤੁਹਾਨੂੰ ਸਾਰਾ ਪਤਾ ਹੈ, ਜਿਹੜੀ ਉੱਥੇ ਪੁੱਛਗਿੱਛ ਹੋਈ ਹੈ ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਥੇਬੰਦੀਆਂ ਦੇ 3 ਮੈਂਬਰ ਜਾ ਰਹੇ ਨੇ ਲਗਾਤਾਰ ਲੱਡਾ ਸੀ ਇਸ ਸਟਾਫ 'ਚ, 2 ਮੈਂਬਰ ਜਿਹੜੇ ਨੇ ਇਸ ਪਿੰਡ ਵੱਲੋਂ ਨੇ। ਦੇਖੋ, ਅਜੇ ਤੱਕ ਜਿਹੜੀ ਹੈ ਇਹੀ ਗੱਲ ਸਾਹਮਣੇ ਆ ਰਹੀ ਹੈ ਕਿ ਉਹ ਜਿਹੜੀ ਔਰਤ ਹੈ ਉਹ ਕਹਿ ਰਹੀ ਹੈ ਕਿ ਬੇਅਦਬੀ ਮੈਂ ਹੀ ਕੀਤੀ ਹੈ, ਮੈਨੂੰ ਕਿਸੇ ਨੇ ਨਹੀਂ ਕਿਹਾ। ਸੋ ਸਾਰੀਆਂ ਜਥੇਬੰਦੀਆਂ, ਸਾਰਾ ਪੰਥ ਇਹ ਸੋਚਦਾ ਕਿ ਨੋਰਮਲ ਔਰਤ ਇਸ ਤਰ੍ਹਾਂ ਦੀ ਘਟਨਾ ਦੀ ਕਰਨ ਨੂੰ ਅੰਜਾਮ ਨਹੀਂ ਦੇ ਸਕਦੀ, ਜ਼ਰੂਰ ਉਹਦੇ ਪਿੱਛੇ ਕੋਈ ਨਾ ਕੋਈ ਮਾਸਟਰ ਮਾਇੰਡ ਹੈਗਾ। ਸੋ ਸਾਡਾ ਸਾਰੇ ਪੰਥ ਦਾ ਹੀ ਇਹ ਹੈਗਾ, ਦੁਨੀਆ ਭਰ ਵਿੱਚ ਵੱਸਦੇ ਹੋਏ ਸਮੂਹ ਇਨਸਾਫ ਪਸੰਦ ਲੋਕ ਇਹ ਚਾਹੁੰਦੇ ਨੇ ਕਿ ਇਨਸਾਫ ਜਿਹੜਾ ਸਾਨੂੰ ਮਿਲਣਾ ਚਾਹੀਦਾ, ਕਿਉਂਕਿ ਮਾਸਟਰ ਮਾਇੰਡ ਤੱਕ ਜੇ ਪਹੁੰਚ ਹੋ ਜਾਂਦੀ ਹੈ ਇਸ ਘਟਨਾ ਦੇ ਤਾਂ ਹੋ ਸਕਦਾ ਪਿੱਛੋਂ ਤੋਂ ਜਿੰਨਾ ਸਾਰਾ ਕੁਝ ਚੱਲ ਰਿਹਾ ਉਹ ਸਾਰਾ ਸੌਖਿਆਂ ਲੱਭਿਆ ਜਾ ਸਕਦਾ, ਸਭ ਕੁਝ ਹੋ ਸਕਦਾ ਜੀ। ਸਿੰਘ ਸਾਹਿਬ, ਜਿਹੜੀਆਂ ਉੱਥੇ ਪੰਥਕ ਜਥੇਬੰਦੀਆਂ ਦੇ ਆਗੂ ਗਏ ਨੇ, ਕੀ ਤੁਹਾਨੂੰ ਵੀ ਮੌਕਾ ਮਿਲਿਆ? ਤੁਸੀਂ ਗਏ ਉੱਥੇ ਲੱਡਾ ਕੋਟੀ? ਮੈਂ ਆਪ ਤਾਂ ਨਹੀਂ ਗਿਆ, ਕਿਉਂਕਿ ਉਹ 5-6 ਮੈਂਬਰੀ ਜਿਹੜੀ ਕਮੇਟੀ ਚੁਣੀ ਗਈ ਸੀਗੀ ਉਹ ਸਾਰੇ ਵੀਰ ਇਹਨਾਂ 'ਚ ਬਚਿੱਤਰ ਸਿੰਘ ਸਾਡੇ ਨਾਲ ਨੇ ਅੱਜ ਅਤੇ ਬਾਕੀ ਵੀਰ ਵੀ ਪਹੁੰਚ ਰਹੇ ਨੇ। ਤੋ ਲਗਾਤਾਰ ਇਹਨਾਂ ਨਾਲ ਰਾਬਤੇ 'ਚ ਸਾਡੀਆਂ ਮੀਟਿੰਗਾਂ ਨਿੱਜੀ ਵੀ ਚੱਲ ਰਹੀਆਂ ਨੇ ਸਾਰੀਆਂ, ਵੀ ਕਿਵੇਂ ਇਹ ਮਸਲਾ ਜਿਹੜਾ ਸਾਰਾ ਚਲਾਇਆ ਜਾ ਰਿਹਾ। ਸੋ ਅੱਜ ਅਸੀਂ ਆਏ ਹਾਂ ਇੱਥੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਇਆ ਅਤੇ 4 ਜੁਲਾਈ ਨੂੰ ਜਿਹੜਾ ਭੋਗ ਪੈਣਾ ਉਹਦੇ ਲਈ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਸਮੂਹ ਗੁਰੂ ਨਾਨਕ ਨਾਮ ਰੇਵਾ ਸੰਗਤ ਨੂੰ ਔਰ ਖਾਸ ਤੌਰ 'ਤੇ ਇਲਾਕੇ ਦੀ ਸੰਗਤ ਨੂੰ, ਜਿਹੜੀ ਭਵਾਨੀਗੜ੍ਹ ਬਲਾਕ ਦੀ ਸੰਗਤ ਹੈ ਜਾਂ ਸੰਗਰੂਰ ਜ਼ਿਲ੍ਹੇ ਦੀ ਹੈ, ਪਟਿਆਲਾ ਨੇੜੇ ਨੇੜੇ ਜ਼ਿਲ੍ਹਿਆਂ ਵਾਲੇ, ਉਹ ਵੱਧ ਤੋਂ ਵੱਧ 4 ਜੁਲਾਈ ਨੂੰ ਸੰਗਤਾਂ ਇੱਥੇ ਪਹੁੰਚਣ ਇਸ ਪਛਤਾਪ ਸਮਾਗਮ ਜੋ ਕਿ ਪਿੰਡ ਵੱਲੋਂ ਇਲਾਕੇ ਵੱਲੋਂ ਰੱਖਿਆ ਗਿਆ ਜੀ। ਇੱਕ ਤੁਹਾਨੂੰ ਪੁੱਛਣਾ ਚਾਹਾਂਗੇ, ਜਿਹੜੀ ਪੁਲਿਸ ਦੀ ਕਾਰਵਾਈ ਹੈ ਹੁਣ ਤੱਕ ਤੁਹਾਨੂੰ ਕੀ ਪਤਾ ਲੱਗਿਆ? ਪੁਲਿਸ ਦਾ ਪ੍ਰਸ਼ਾਸਨ ਦਾ ਕੀ ਕਹਿਣਾ ਉਸ ਔਰਤ ਬਾਰੇ ਪੁੱਛਗਿੱਛ ਦੌਰਾਨ? ਦੇਖੋ, ਪ੍ਰਸ਼ਾਸਨ ਤਾਂ ਇਹੀ ਕਹਿ ਰਿਹਾ ਵੀ ਪ੍ਰਸ਼ਾਸਨ ਨੇ ਸਾਡੇ ਜਿਹੜੇ ਆਗੂ ਨੇ ਉਹਨਾਂ ਨੂੰ ਇਹ ਕਿਹਾ ਵੀ ਅਸੀਂ ਅਰਦਾਸ ਵੀ ਕਰ ਦਿੰਦੇ ਹਾਂ ਵੀ ਸਾਡਾ ਕੱਖ ਨਾ ਰਹੇ ਜੇ ਅਸੀਂ ਕੋਈ ਬੇਈਮਾਨੀ ਕਰੀਏ। ਪ੍ਰਸ਼ਾਸਨ ਸਾਨੂੰ ਕਾਫੀ ਭਰੋਸੇ ਵਿੱਚ ਲੈਣ ਦੀ ਗੱਲ ਕਰ ਰਿਹਾ, ਪਰ ਅਸੀਂ ਕਹਿੰਦੇ ਹਾਂ ਵੀ ਇਹਦੇ 'ਤੇ ਬਣਦੀ ਕਾਰਵਾਈ ਕਰੋ, ਵੀ ਮਤਲਬ ਕੀ ਆ, ਸਖਤ ਧਾਰਾਵਾਂ ਲਾਓ, ਮਾਸਟਰ ਮਾਇੰਡ ਦੀ ਭਾਲ ਕਰੋ, ਸਾਨੂੰ ਤਾਂ ਮੋਟਾ ਜਿਹਾ ਇਹ ਹੈ। ਜਿੰਨੀ ਵੀ ਸੰਗਤ ਹੈ ਇਸ ਵਕਤ ਦੇਸ਼ਾਂ ਵਿਦੇਸ਼ਾਂ 'ਚ ਚੈਨਲ ਪਾਇਟਿਕ ਲਾਈਵ ਨੂੰ ਸੁਣ ਰਹੀ ਹੈ, ਵੇਖ ਰਹੀ ਹੈ, ਭਾਈ ਸਾਹਿਬ ਨੇ ਇੱਕ ਪੁਆਇੰਟ ਦੀ ਗੱਲ ਕਰੀ ਹੈ, ਜਿਹੜਾ ਲੱਡਾ ਕੋਠੀ ਦਾ ਜਾਂ ਕਹਿ ਲਈਏ ਸੰਗਰੂਰ ਜ਼ਿਲ੍ਹੇ ਦਾ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਦਾ ਕਹਿਣਾ ਹੈ
ਕਸਮ ਚੁੱਕ ਕੇ ਕਿ ਸਾਡਾ ਕੱਖ ਨਾ ਰਹੇ ਜੇ ਅਸੀਂ ਬੇਈਮਾਨੀ ਕਰ ਰਹੇ ਹੋਈਏ ਇਸ ਕੇਸ ਦੇ ਵਿੱਚ। ਇਹ ਬੜਾ ਵੱਡਾ ਨੋਟ ਹੈ ਭਾਈ ਸਾਹਿਬ, ਇੱਕ ਹੋਰ ਦੱਸੋ, ਜਿਸ ਵੀ ਘਰ ਪਰਿਵਾਰ ਕਿਸੇ ਸੰਸਥਾ ਕਿਸੇ ਵੀ ਅਦਾਰੇ ਦੇ ਵਿੱਚ CCTV ਕੈਮਰੇ ਲੱਗੇ ਹੁੰਦੇ ਨੇ, ਜਿਹੜਾ ਉੱਥੋਂ ਦਾ ਭੇਤ ਹੁੰਦਾ ਉਹ ਖਰਾਬ ਹਨ ਜਾਂ ਨਹੀਂ ਖਰਾਬ, ਇਸ ਦੇ ਬਾਰੇ 'ਚ ਉੱਥੋਂ ਦੇ ਜਿਹੜੇ ਜ਼ਿੰਮੇਵਾਰ ਲੋਕ ਨੇ ਉਹ ਜਾਣਦੇ ਹੁੰਦੇ ਨੇ, ਬਾਹਰਲੇ ਲੋਕਾਂ ਨੂੰ ਨਹੀਂ ਪਤਾ ਹੁੰਦਾ। ਜਿਹੜੀ ਇੱਥੋਂ ਦੀ ਸੰਗਤ ਦਾ ਸੁਣਨ ਦੇ ਮੁਤਾਬਕ ਪੰਚਾਇਤ ਦੇ ਕਹਿਣ, ਜਿਹੜੇ ਕਮੇਟੀ ਦੇ ਮੈਂਬਰ ਨੇ ਉਹਨਾਂ ਦਾ ਇਹ ਕਹਿਣਾ ਕਿ ਸਾਡੇ ਕੈਮਰੇ ਲਗਾਤਾਰ ਖਰਾਬ ਚੱਲ ਰਹੇ ਸਨ, ਇੱਕ ਦੋ ਦਿਨ ਪਹਿਲਾਂ ਮੁੰਡਿਆਂ ਨੇ ਠੀਕ ਕਰੇ। ਜਿਹੜੀ ਕਿ ਉਕਤ ਔਰਤ 3 ਦਿਨ ਪਹਿਲਾਂ ਉਹ ਪੈਟਰੋਲ ਲੈ ਕੇ ਗਈ, ਇਸ ਦਾ ਮਤਲਬ ਸਾਫ਼ ਹੈ ਕਿ ਔਰਤ ਨੂੰ ਇਸ ਕੈਮਰਿਆਂ ਦੇ ਖਰਾਬ ਦਾ ਪਤਾ ਹੈ। ਕੀ ਕਹਿਣਾ ਚਾਹੋਗੇ? ਦੇਖੋ, ਇਹ ਆਪਾਂ ਜਿੰਨੇ ਵੀ ਲੋਕ ਜਾਂਦੇ ਹਾਂ, ਕਿਤੇ ਵੀ ਜਾਂਦੇ ਹਾਂ ਆਪਾਂ, ਗੁਰਦੁਆਰਾ ਸਾਹਿਬ ਜਾਈਏ ਜਾਂ ਮੌਲਾਂ 'ਚ ਵੀ ਕੈਮਰੇ ਲੱਗੇ ਹੁੰਦੇ ਨੇ, ਅਤੇ ਉੱਥੇ ਆਪਾਂ ਤਾਂ ਇਹ ਵੇਖ ਲੈਂਦੇ ਹਾਂ ਬਸ ਵੀ ਬਾਹਰੀ ਤੌਰ 'ਤੇ ਆ ਵੇਖੋ ਕੈਮਰਾ ਲੱਗਿਆ, ਉਹ ਖਰਾਬ ਹੈ ਜਾਂ ਕੀ ਹੈ ਇਹ ਤਾਂ ਪ੍ਰਬੰਧਕਾਂ ਨੂੰ ਹੀ ਪਤਾ ਹੋਣਾ ਹੁੰਦਾ ਜੀ ਹਮੇਸ਼ਾ। ਸੋ ਜੇ ਉਸ ਬੀਬੀ ਨੇ ਇਹ ਸੋਚਿਆ ਵੀ ਇਹ ਖਰਾਬ ਨੇ, ਜਾਂ ਤਾਂ ਇਹ ਹੈ ਵੀ ਇਹ ਓਪਨਲੀ ਇਹਨਾਂ ਨੇ ਸਾਰੇ ਪਾਸੇ ਰੌਲਾ ਪਤਾ ਹੋਊਗਾ ਵੀ ਕੈਮਰੇ ਸਾਡੇ ਖਰਾਬ ਨੇ ਜੀ ਖਰਾਬ ਨੇ, ਤਾਂ ਇਹ ਵੀ ਬਹੁਤ ਗਲਤ ਗੱਲ ਹੈ। ਅਤੇ ਇਹ ਸਾਨੂੰ ਇਕੱਲੇ ਜੌਲੀਆਂ ਪਿੰਡ ਦੀ ਗੱਲ ਨਹੀਂ, ਸਾਰੇ ਪਿੰਡਾਂ ਦੀ ਗੱਲ ਹੈ ਵੀ ਸਾਨੂੰ ਘੱਟੋ ਘੱਟ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਸੁਰੱਖਿਆ ਦੇ ਲਈ ਕੈਮਰੇ ਇਕੱਲੇ ਨਹੀਂ, ਕੈਮਰੇ ਵੀਰ ਜੀ ਰਿਕਾਰਡਿੰਗ ਕਰ ਸਕਦੇ ਨੇ, ਕੈਮਰੇ ਹੱਥ ਤਾਂ ਫੜਦੇ ਨਹੀਂ, ਪਰਮਾਨੈਂਟ ਪੈਰਿਆਂ ਦਾ ਪ੍ਰਬੰਧ ਕਰਨਾ ਪਊਗਾ, ਜਾਂ ਕੋਈ ਪੰਥ ਦੇ 'ਤੇ ਬੈਠ ਕੇ ਫੈਸਲਾ ਲਵੇ ਕਿ ਟਾਈਮ ਰੱਖ ਲਓ ਗੁਰੂ ਮਹਾਰਾਜ ਦੇ ਪ੍ਰਕਾਸ਼ ਦਾ, ਜਿਹੜੇ ਹਾਲਾਤ ਬਣ ਗਏ ਵੀ ਇੱਦਾਂ ਥਾਂ ਥਾਂ 'ਤੇ ਬੇਅਦਮੀਆਂ ਹੋਣਗੀਆਂ, ਅਤੇ ਸਾਡਾ ਮਤਲਬ ਕਹਿ ਲਓ ਵੀ ਅਸੀਂ ਕਾਸੇ ਜੋਗੇ ਨਹੀਂ ਹੈਗੇ, ਅਸੀਂ ਤਾਂ ਜਿਉਂਦੀਆਂ ਜਾਗਦੀਆਂ ਲਾਸ਼ਾਂ ਤੁਰੇ ਫਿਰਦੇ ਹਾਂ। ਇੱਕ ਥਾਂ 'ਤੇ ਬੇਅਦਬੀ ਹੁੰਦੀ ਹੈ, ਇਹ ਪਛਤਾਵਾ ਹੁੰਦਾ, 2 ਕਿਲੋਮੀਟਰ 'ਤੇ ਫੇਰ ਹੋ ਜਾਂਦੀ ਹੈ ਜੀ, ਇਹ ਤਾਂ ਇੱਕ ਦੌਰ ਚੱਲ ਰਿਹਾ। ਇਹਦੇ ਲਈ ਪੰਥ ਨੂੰ, ਸ਼੍ਰੋਮਣੀ ਕਮੇਟੀ ਨੂੰ ਔਰ ਅਕਾਲ ਤਖਤ ਦੇ ਜਥੇਦਾਰ ਨੂੰ ਤੁਰੰਤ ਇਹਨਾਂ 'ਤੇ ਇਹਨਾਂ ਨੂੰ ਕੰਮ ਕਰਨਾ ਚਾਹੀਦਾ। ਇੱਥੇ ਬੀਬੀ ਜੰਗੀਰ ਕੌਰ ਜੀ ਆਏ ਸੀ, ਉਸ ਦਿਨ ਵੀ ਮੈਂ ਉਹਨਾਂ ਨੂੰ ਕਾਫੀ ਸਵਾਲ ਕੀਤੇ ਹੈ, ਉਹਨਾਂ ਨੇ ਦੇਖੋ 10 ਲੱਖ ਰੁਪਈਆ ਇੱਥੇ ਦਿੱਤਾ, ਗੁਰਦੁਆਰਾ ਸਾਹਿਬ ਵੀ ਮੁਰੰਮਤ ਕਰਾਉਣੀ ਹੈ, 13-13 ਹਜ਼ਾਰ ਉਹਨਾਂ ਨੌਜਵਾਨਾਂ ਨੂੰ ਕਿਹਾ ਜਿਹੜਿਆਂ ਨੇ ਗੁਰੂ ਮਹਾਰਾਜ ਦੇ ਸਰੂਪ ਜਿਹੜੇ 6 ਸੀ ਬਚਾਏ, ਅਤੇ 2 ਮੁਲਾਜ਼ਮ ਕਿਹਾ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਕਹਿੰਦੇ ਰੱਖਣੇ ਆ, SGPC ਤਨਖਾਹ ਦੇਊਗੀ। ਇਹ ਕੰਮ ਤਾਂ ਮੈਂ ਇਹਦਾ ਚੰਗਾ ਕੀਤਾ ਉਹਨਾਂ ਨੇ, ਪਰ ਮੈਂ ਇਹ ਕਹਿਣਾ ਵੀ ਹੁਣ ਇਕੱਲੇ ਇਸ ਗੁਰਦੁਆਰਾ ਸਾਹਿਬ ਦਾ ਹੀ ਮਸਲਾ ਹੈ, ਬਾਕੀ ਗੁਰਦੁਆਰਾ ਸਾਹਿਬ ਵਾਲੇ ਪਾਸੇ ਕੋਈ ਉਹਨਾਂ ਨੇ ਗੱਲ ਨਹੀਂ ਕੀਤੀ। ਅਤੇ ਦੂਜੀ ਗੱਲ ਇਹ ਹੈ ਵੀ ਜਿਹੜੀ ਬੇਅਦਬੀ ਹੋਈ ਉਹਦੇ ਮਾਸਟਰ ਮਾਈਂਡ ਦੇ ਉੱਤੇ ਜਿਹੜੀ ਉੱਥੇ ਤੱਕ ਪਹੁੰਚ ਆਉਣੀ ਚਾਹੀਦੀ ਹੈ, ਉਹ ਉਸ ਗੱਲ ਨੂੰ ਮਿਹਨਸ ਕਰ ਦਿੱਤਾ ਬੀਬੀ ਜੰਗੀਰ ਕੌਰ ਨੇ, ਵੀ ਉਹਦੇ 'ਤੇ ਕੋਈ ਬਹੁਤੀ ਗੱਲ ਨਹੀਂ ਕਰੀ, ਬਲਕਿ ਇਹ ਦੱਸਿਆ ਗਿਆ ਉਰੇ ਕਿ ਉਹ ਬੀਬੀ ਦੇ ਜੀ ਕੀੜੇ ਪਏ ਹੋਏ ਨੇ ਜੀ, ਉਹਨੂੰ ਤਾਂ ਮਹਾਰਾਜ ਨੇ ਸਜ਼ਾ ਦਿੱਤੀ। ਮੈਨੂੰ ਲੱਗਦਾ ਜਦੋਂ ਇਹੋ ਜਿਹੀਆਂ ਗੱਲਾਂ ਅਸੀਂ ਕਰਦੇ ਹਾਂ, ਦੇਖੋ ਮਹਾਰਾਜ ਨੇ ਸਜ਼ਾ ਦੇਣੀ ਹੈ, ਗੁਰਬਾਣੀ ਦਾ ਫੈਸਲਾ ਹੈ, ਮਾਨਸਾ ਕਿਉਂ ਦੀਵਾਨੋਂ ਕੋਈ ਨਸ ਭੱਜ ਨਿਕਲਿਆ, ਹਰ ਦੀਵਾਨੋਂ ਕੋਈ ਕਿੱਥੇ ਜਾਇਆ, ਦੁਨਿਆਵੀ ਅਦਾਲਤਾਂ 'ਚੋਂ ਕੋਈ ਭੱਜ ਜਾਂਦਾ, ਰੱਬ ਦੀ ਦਰਗਾਹ 'ਚੋਂ ਕੋਈ ਭੱਜ ਨਹੀਂ ਸਕਦਾ ਰੱਬ ਦੀ ਅਦਾਲਤ 'ਚੋਂ, ਇਹ ਬਿਲਕੁਲ ਠੀਕ ਹੈ। ਪਰ ਫਿਰ ਸਾਡੀਆਂ ਕੀ ਜ਼ਿੰਮੇਵਾਰੀਆਂ ਨੇ? ਦੁਨਿਆਵੀ ਤੌਰ 'ਤੇ ਅਸੀਂ ਵਿਚਰ ਰਹੇ ਹਾਂ, ਮੰਨ ਲਓ SGPC ਦੇ ਪ੍ਰਧਾਨ ਨੇ, ਸ਼੍ਰੋਮਣੀ ਕਮੇਟੀ ਹੈ, ਜਥੇਦਾਰ ਨੇ, ਉਹ ਇਸ ਗੱਲ ਦੇ ਉੱਤੇ ਆਉਣ ਹੀ ਨਾ ਵੀ ਰੱਬ ਨੇ ਆਪੇ ਹੀ ਸਜ਼ਾ ਦੇ ਜੂਗਾ, ਇਹ ਗੱਲਾਂ ਕਰਨ ਜਦੋਂ ਤਾਂ ਜੀ ਕੀੜੇ ਪਏ ਹੋਏ ਆ ਜੀ। ਇਹ ਕੋਈ ਮਸਲਾ ਨਹੀਂ ਕੀੜੇ ਪਏ ਆ ਜਾਂ ਕੀ ਪਏ ਆ, ਮਸਲਾ ਇਹ ਆ ਵੀ ਉਹ ਬੀਬੀ ਦੇ ਪਿੱਛੇ ਕੌਣ ਹੈ? ਉੱਥੇ ਤੱਕ ਪਹੁੰਚ ਬਣਾਉਣ ਲਈ ਕੋਈ ਦਬਾਅ ਨਹੀਂ ਪਾਇਆ ਜਾ ਰਿਹਾ? ਤੁਸੀਂ 2015 ਤੋਂ ਲਾ ਲਓ, ਸ਼੍ਰੋਮਣੀ ਕਮੇਟੀ, ਜਥੇਦਾਰ ਜਿੰਨੇ ਨੇ, ਇਹਨਾਂ ਨੇ ਕੋਈ ਉਸ ਵਕਤ ਵੀ ਭੂਮਿਕਾ ਨਹੀਂ ਨਿਭਾਈ। ਨੋਰਮਲ ਸੰਗਤ ਲੋਕ ਤਾਂ ਵਿਚਾਰੇ ਉੱਠ ਕੇ ਘਰਾਂ ਤੋਂ ਬਾਹਰ ਆ ਜਾਂਦੇ ਨੇ, ਧਰਨੇ ਲਾਉਂਦੇ ਨੇ, ਮੁਜ਼ਾਹਰੇ ਕਰਦੇ ਨੇ, ਰੋਸ ਜਤਾਉਂਦੇ ਨੇ, ਹਨਾ। ਅਤੇ ਇਹ ਜਿਹੜੇ ਜ਼ਿੰਮੇਵਾਰ ਨੇ ਜਿਨ੍ਹਾਂ ਕੋਲ ਪਾਵਰ ਹੈ ਸਾਰੀ, ਇਹ ਲੋਕਾਂ ਨੂੰ ਸੈਟਿਸਫਾਈ ਕਰਨ ਲੱਗੇ ਪਏ ਆ ਵੀ ਦੇਖੋ ਜੀ ਉਹ ਤਾਂ ਕੀੜੇ ਪਏ ਹੋਏ ਆ, ਇਹ ਗੱਲਾਂ ਬਿਲਕੁਲ ਗਲਤ ਨੇ ਜੀ। ਸਿੰਘ ਸਾਹਿਬ, ਤੁਹਾਡੀਆਂ ਅੱਜ ਦੀਆਂ ਜਿਹੜੀਆਂ ਹੁਣ ਤੁਸੀਂ ਇਸ ਟਾਈਮ ਵਰਲਡਵਾਈਡ ਗੱਲਬਾਤ ਕਰ ਰਹੇ ਹੋ, ਪਿਛਲੇ ਦਿਨ ਜਦੋਂ ਬੀਬੀ ਜੰਗੀਰ ਕੌਰ ਜੀ ਆਏ ਨੇ, ਤੁਸੀਂ ਸਵਾਲ ਜਵਾਬ ਕਰੇ ਨੇ, ਵਰਲਡ ਪੂਰੀ ਦੁਨੀਆ ਨੇ ਉਸ ਵੀਡੀਓ ਨੂੰ ਵੇਖਿਆ, ਸੁਣੀਏ ਗੱਲਬਾਤ। ਕੁਛ ਲੋਕਾਂ ਨੂੰ ਜੇਕਰ ਕਮੈਂਟਾਂ ਦੀ ਗੱਲ ਕੀਤੀ ਜਾਵੇ, ਤੁਹਾਡੇ 'ਤੇ ਵੀ ਗਿਲਾ ਸੀ ਕਿ ਭਾਈ ਸਾਹਿਬ ਜਿਸ ਤਰ੍ਹਾਂ ਇੱਕ ਸਟਾਰ ਪ੍ਰਚਾਰਕ ਨੇ, ਜੇ ਗੱਲ ਕਰ ਲਈਏ ਸਲਾਬਤਪੁਰਾ ਡੇਰੇ ਦੀ ਜਿੱਥੇ ਸ਼ੁਰੂਆਤ ਹੋਈ, ਤੁਹਾਡਾ ਇੱਕ ਪਹਿਲਾ ਅਜਿਹਾ ਉੱਥੇ ਪ੍ਰਚਾਰ ਕਰਨਾ ਜਿੱਥੇ ਜਾ ਕੇ ਸਿਰਸਾ ਪ੍ਰੇਮੀਆਂ ਨੇ ਸੰਗਤ ਉੱਥੇ ਬੈਠਿਆਂ ਆਪਣੇ ਉਹ ਗਲਾਂ ਦੇ ਵਿੱਚੋਂ ਜੋ ਇਹ ਪਾਉਂਦੇ ਨੇ ABCD ਉਹਨਾਂ ਨੂੰ ਉਤਾਰ ਕੇ ਸੁੱਟ ਦਿੱਤਾ ਗਿਆ, ਅਤੇ ਕਾਫੀ ਜ਼ਿਆਦਾ ਤੈਸ਼ ਦੇ ਵਿੱਚ ਆ ਗਏ ਸਨ ਉਸ ਟਾਈਮ ਜਿਹੜੇ ਸਿਰਸਾ ਪ੍ਰੇਮੀ, ਚਾਹੇ ਉੱਥੋਂ ਦੇ ਜਿਹੜੇ ਮੇਨ ਉਹਨਾਂ ਦੇ ਨੇ ਗੁਰਮੀਤ ਸਿੰਘ ਹੋਣ ਜਾਂ ਕੋਈ ਵੀ ਹੋਣ। ਪਰ ਉਸ ਤੋਂ ਬਾਅਦ ਜਿਵੇਂ ਹੀ ਤੁਹਾਡੀ ਪਰਸੋਂ ਦੀ ਵੀਡੀਓ ਵਾਇਰਲ ਹੋਈ, ਕਮੈਂਟਾਂ ਦੇ ਵਿੱਚ ਕਹਿਣਾ ਕਿ ਰਜਿੰਦਰ ਸਿੰਘ ਮਾਝੀ ਨਰਮ ਸਵਾਲ ਕਰ ਰਹੇ ਬੀਬੀ ਜੀ ਨੂੰ, ਇਹ ਸਿੱਧਾ ਕਿਉਂ ਨਹੀਂ ਪੁੱਛ ਰਹੇ ਕਿ ਅੱਜ 5 ਦਿਨਾਂ ਬਾਅਦ ਤੁਸੀਂ ਇੱਥੇ ਆ ਰਹੇ ਹੋ, ਕੋਈ ਵੀ ਇਹੋ ਜਿਹਾ ਧੀ ਪੁੱਤਰ ਹੋਵੇ ਕਿ ਪਿਓ ਨੂੰ ਨੁਕਸਾਨ ਹੋ ਜਾਵੇ, ਪਿਓ ਨੂੰ ਨਾਲ ਕੋਈ ਵੱਡਾ ਹਾਸਾ ਹੋ ਜਾਵੇ, ਤੂੰ ਆਪਣੇ ਘਰ ਬੈਠਾ ਰਹੇ ਕਿ ਮੇਰਾ ਤਾਂ ਟਾਈਮ ਨਹੀਂ ਲੱਗਿਆ। ਉਸ ਵੀਡੀਓ ਨੂੰ ਜੇ ਧਿਆਨ ਨਾਲ ਆਪਾਂ ਦੇਖਾਂਗੇ, ਪਹਿਲੀ ਤਾਂ ਗੱਲ ਇੱਥੇ ਸਥਿਤੀ ਸਮਝਣੀ ਪਊਗੀ ਸਾਨੂੰ, ਜਿਹੜੇ ਵੀਰ ਘਰੇ ਬੈਠ ਕੇ ਫੇਸਬੁੱਕਾਂ 'ਤੇ ਬੋਲ ਰਹੇ ਹੈ, ਵੈਸੇ ਤਾਂ ਬਹੁਤ ਵੱਡੇ ਪੱਧਰ 'ਤੇ ਉਹ ਸਵਾਲਾਂ ਨੂੰ ਲੋਕਾਂ ਨੇ ਜਾਇਜ਼ ਠਹਿਰਾਇਆ। ਦੂਜਾ, ਜਿਹੜੇ ਇੱਕਾ ਦੁੱਕਾ ਨੇ ਉਹ ਟ੍ਰੋਲ ਕਰ ਰਹੇ ਨੇ, ਵੈਸੇ ਉਹਨਾਂ ਦੀ ਮਨਸ਼ਾ ਹੀ ਕੁਛ ਹੋਰ ਤਰ੍ਹਾਂ ਦੀ ਹੈਗੀ ਹੈ। ਉਹ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਪੰਥ ਤਾਂ ਸਾਰਿਆਂ ਦਾ ਸਾਂਝਾ, ਗੁਰੂ ਗ੍ਰੰਥ ਸਾਹਿਬ ਸਭ ਦੇ ਸਾਂਝੇ ਨੇ, ਅਤੇ ਉਹ ਫਿਰ
ਉਹ ਬੀਬੀ ਜੀ ਨੂੰ ਖੁਦ ਵੀ ਪੁੱਛ ਸਕਦੇ ਆ, ਉਹ ਵੀ ਸਵਾਲ ਕਰ ਲੈਣ ਜਿੰਨੇ ਮੈਨੂੰ ਠੀਕ ਲੱਗਿਆ ਮੈਂ ਕਰ ਲਏ। ਅਤੇ ਦੂਜੀ ਗੱਲ, ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀਗਾ, ਅੰਦਰ ਦਰਬਾਰ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਸੀ, ਬਾਹਰ ਆ ਕੇ ਅਸੀਂ ਬੈਠੇ ਸੀਗੇ। ਜੇ ਮੈਂ ਬੀਬੀ ਜੰਗੀਰ ਕੌਰ ਨੂੰ ਮੰਨ ਲਓ ਪਹਿਲਾਂ ਹੀ ਤਿੱਖੇ ਸਵਾਲ ਸ਼ੁਰੂ ਕਰ ਦੇਣਾ ਉਹਨਾਂ ਦੇ ਟਾਰਗੇਟ ਕਰਕੇ, ਤਾਂ ਬੀਬੀ ਨੇ ਉੱਥੋਂ ਹੀ ਉੱਠ ਕੇ ਚਲੇ ਜਾਣਾ ਸੀਗਾ। ਮੈਂ ਜਿਹੜੇ ਵੱਡੇ ਸਵਾਲ ਸੀਗੇ ਚਾਰ ਮੈਨੂੰ ਉਸ ਵਕਤ ਲੱਗੇ ਜਿਹੜੇ ਜ਼ਿਆਦਾ ਜ਼ਰੂਰੀ ਪੁੱਛਣੇ, ਕਿ ਅੱਜ ਜਿਹੜਾ ਬੇਅਦਬੀਆਂ ਦਾ ਦੌਰ ਚੱਲ ਰਿਹਾ ਇਹਦੀ ਜੜ ਉਹ ਹੈ ਜਦੋਂ ਤੁਸੀਂ ਬਿਨਾਂ ਮੰਗਿਆ ਮਾਫੀ ਦਿੱਤੀ। ਉਹ ਸਾਰੇ ਸਵਾਲ ਮੈਂ ਉਹਨਾਂ ਨੂੰ ਪੁੱਛੇ, ਅਤੇ ਇਹ ਪਹਿਲੀ ਵਾਰ ਹੋਇਆ ਕਿ ਉਹਨਾਂ ਨੇ ਪੂਰੀ ਗੱਲ ਬੈਠ ਕੇ ਸੁਣਦੇ ਰਹੇ ਨੇ, ਵੀਡੀਓ 'ਚ ਦਿਖ ਰਿਹਾ। ਅਤੇ ਇੱਕ ਸਰੋਤੇ ਪੁੱਛਦੇ ਆ, ਦਰਸ਼ਕ ਬਹੁਤ ਸਾਰੇ ਵੀਰਾਂ ਦੇ ਮੈਂ ਟੈਲੀਫੋਨ ਆਏ, ਬੀਬੀ ਨੇ ਕੀ ਜਵਾਬ ਦਿੱਤਾ? ਬੀਬੀ ਜੰਗੀਰ ਕੌਰ ਨੇ ਕਿਹਾ ਕਿ ਮੈਂ ਲਿਖਤੀ ਜਵਾਬ ਭੇਜੂੰਗੀ ਸਾਰੇ ਤੁਹਾਨੂੰ। ਅਤੇ ਮੈਂ ਕਿਹਾ ਜੀ ਵੈਸੇ ਤਾਂ ਤੁਹਾਨੂੰ ਦੁਬਾਰਾ ਉਹ ਮੈਨੂੰ ਮਿਲਣ ਵਾਸਤੇ ਜਦੋਂ ਵਾਪਸੀ 'ਤੇ ਆਏ ਫਿਰ ਉਹ ਪੁੱਛਦੇ ਆ ਵੀ ਤੁਸੀਂ ਸਿਧਾਂਤਕ ਪ੍ਰਚਾਰਕ ਹੋ, ਇੱਦਾਂ ਜਦੋਂ ਗੱਲ ਸ਼ੁਰੂ ਕਰਦੇ ਹਾਂ ਮੈਂ ਫਿਰ ਉਹੀ ਸਵਾਲ ਕਰਦਾ। ਤਾਂ ਮੈਂ ਕਹਿੰਦਾ ਵੀ ਉਹ ਲਿਖਤੀ ਜਵਾਬ ਅਸੀਂ ਵੇਟ ਕਰ ਰਹੇ ਹਾਂ, ਅਸੀਂ ਦੁਬਾਰਾ ਫਿਰ ਪੁੱਛਾਂਗੇ ਉਹਨਾਂ ਨੂੰ ਵੀ ਉਹ ਜੀ ਲਿਖਤੀ ਜਵਾਬ ਤੁਹਾਡੇ ਕੀ ਨੇ। ਜਿਹੜੇ ਲਿਖਤੀ ਜਵਾਬ ਬੀਬੀ ਜੰਗੀਰ ਕੌਰ ਭੇਜੂਗੀ ਸ਼੍ਰੋਮਣੀ ਕਮੇਟੀ ਪ੍ਰਧਾਨ, ਅਸੀਂ ਉਹ ਸਾਰੇ ਪੰਥ ਦੇ ਸਾਹਮਣੇ ਰੱਖਾਂਗੇ ਵੀ ਆਹ ਉਹਨਾਂ ਦੇ ਜਵਾਬ ਆਏ ਹੈ। ਫਿਰ ਪੂਰਾ ਪੰਥ ਫੈਸਲਾ ਕਰੂ ਕਿ ਉਹ ਜਵਾਬ 'ਤੇ ਕਿੰਨਾ ਕੁ ਸੈਟਿਸਫਾਈ ਆ, ਕੀ ਆ, ਉਹਨਾਂ ਨੂੰ ਜਵਾਬ ਦੇਣੇ ਪੈਣਗੇ। ਸੋ ਜਿਹੜੀ ਗੱਲ ਹੈ, ਹੁਣ ਕਈ ਵੀਰ ਮੈਂ ਮਾਫੀ ਮੰਗਦਾ ਇਹ ਗੱਲ ਕਹਿੰਦੇ ਹਾਂ, ਕਈ ਕਮੈਂਟਾਂ ਦੇ ਵਿੱਚ ਲਿਖੀ ਜਾਂਦੇ ਨੇ ਵੀ ਲੁੱਚਾ ਲੰਡਾ ਚੌਧਰੀ ਗੁੰਡੀ ਰਨ ਪ੍ਰਧਾਨ, ਅਤੇ ਮੈਨੂੰ ਐਂ ਦੱਸੋ ਗੁਰਦੁਆਰਾ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਬੈਠੀ ਹੋਈ ਔਰਤ ਹੈ, ਭਾਵੇਂ ਉਹ ਤੁਹਾਡੀ ਜਿੱਡੀ ਮਰਜ਼ੀ ਵਿਰੋਧੀ ਆ, ਤੁਸੀਂ ਉਹਨੂੰ ਇਸ ਤਰ੍ਹਾਂ ਦੀ ਵਰਡਿੰਗ ਬੋਲ ਸਕਦੇ ਹੋ? ਫਿਰ ਇਹਨਾਂ ਨੇ ਕਰਨਾ ਜੀ ਇੱਦਾਂ ਦੀ ਵਰਡਿੰਗ ਕਿਉਂ ਬੋਲੀ? ਸਾਡੂ ਗੁਰੂ ਸਾਹਿਬ ਨੇ ਸਿਖਾਇਆ, ਸੱਭਿਅਕ ਤਰੀਕੇ ਨਾਲ ਅਸੀਂ ਸਵਾਲ ਰੱਖੇ ਨੇ, ਅਤੇ ਸਾਨੂੰ ਇਹੀ ਤਰੀਕਾ ਦੱਸਿਆ ਹੋਇਆ ਮਹਾਰਾਜ ਵੱਲੋਂ, ਅਤੇ ਸਾਨੂੰ ਐਂ ਤੂੰ ਤੜਕ ਕਰਕੇ ਗੱਲ ਬਿਲਕੁਲ ਨਹੀਂ ਕਰਨੀ ਚਾਹੀਦੀ। ਇਹ ਨਾ ਮਹਾਰਾਜ, ਇੱਥੇ ਤੁਸੀਂ ਦੇਖੋ ਸਾਰਾ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਸਾਰਾ ਅਮਲਾ ਫੈਲਾ ਉਹਨਾਂ ਦਾ ਸੀਗਾ ਸਾਰਾ, ਅਤੇ ਇੱਥੇ ਗੁਰੂ ਦੀ ਕਿਰਪਾ ਸਦਕਾ ਇਹ, ਮੈਂ ਕਹਿੰਦਾ ਮੇਰੀ ਕੋਈ ਔਕਾਤ ਨਹੀਂ ਐਡੇ ਵੱਡੇ ਬੰਦਿਆਂ ਨਾਲ ਆਪਾਂ ਕੋਈ ਗੱਲ ਕਰੀਏ, ਉਹ ਪਾਵਰ 'ਚ ਨੇ, ਆਪਾਂ ਸਿੱਧੇ ਮੱਥੇ ਸਤਿਗੁਰੂ ਨੇ ਕਿਰਪਾ ਕੀਤੀ, ਸੱਭਿਅਕ ਤਰੀਕੇ ਨਾਲ ਗੱਲ ਰੱਖੀ, ਚਾਰ ਜਿਹੜੇ ਸਵਾਲ ਸੀਗੇ ਉਹ ਰੱਖੇ। ਸੋ ਇਹਦੇ 'ਤੇ ਕਿਸੇ ਨੂੰ ਇਤਰਾਜ਼ ਆ, ਉਹ ਖੁਦ ਕਰ ਲੈਣ ਜੀ ਜਾ ਕੇ ਉੱਥੇ ਸਵਾਲ। ਜਿਸ ਤਰ੍ਹਾਂ ਦਾ ਉਹਨਾਂ ਦਾ ਫੈਸਲਾ ਹੈ ਕਿ ਉਹਨਾਂ ਨੌਜਵਾਨਾਂ ਨੂੰ ਸਨਮਾਨਿਤ ਕਰਨਾ, ਜੇ ਆਪਾਂ ਗੱਲ ਕਰੀਏ ਕਿ ਸ਼ਲਾਘਾਯੋਗ ਕਦਮ ਹੈ, ਸੰਗਤ ਨੂੰ ਚੰਗਾ ਲੱਗਦਾ, ਇਸ ਤੋਂ ਅੱਗੇ ਮੋਟੀਵੇਟ ਹੁੰਦੇ ਨੇ, ਤੁਸੀਂ ਗੱਲਬਾਤ ਲਈ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਬਹੁਤ ਬਹੁਤ। ਮੈਂ ਹੱਥ ਬੰਨ ਕੇ ਇਹੀ ਬੇਨਤੀ ਕਰਦਾ ਸਾਰੇ ਸਿੰਘ ਇੱਥੇ ਆਏ ਨੇ ਅੱਜ ਸੰਗਤਾਂ ਪ੍ਰਕਾਸ਼ ਮੌਕੇ, ਕਿ ਵੱਧ ਤੋਂ ਵੱਧ 4 ਜੁਲਾਈ ਨੂੰ ਸੰਗਤਾਂ ਜੌਲੀਆਂ ਪਿੰਡ ਦੇ ਵਿੱਚ ਜਿਹੜਾ ਭਵਾਨੀਗੜ੍ਹ ਦੇ ਨੇੜੇ ਆ ਇੱਥੇ ਪਹੁੰਚਣ, ਪਛਚਾਤਾਪ ਸਮਾਗਮ ਦੇ ਵਿੱਚ। ਅਸੀਂ ਤਾਂ ਇਹ ਮੰਨ ਲਓ ਸਾਡਾ ਉਹਨਾਂ ਨਾਲ ਕੋਈ ਤਾਲੁਕਾਤ ਹੈ ਹੀ ਨਹੀਂ, ਖਤਮ ਆ। ਸਾਡੇ ਪਹਿਲੀ ਇਹੀ ਸੀ, ਸਾਨੂੰ ਪਤਾ ਸੀ ਵੀ ਜੀ ਅਸੀਂ ਪਹਿਲੀ ਉਹ ਸੀ ਵੀ ਹਾਂ ਉਹ ਹੋਈ ਵੀ ਆਪਾਂ ਪਿੰਡ ਦੇ ਨਾਲ ਜਦੋਂ ਪਤਾ ਸਾਨੂੰ ਇਹ ਕੰਮ ਕਰ ਗਿਆ ਪਹਿਲਾਂ ਪਤਾ ਇਹ ਦੱਸਿਆ ਨਹੀਂ ਤੁਹਾਂ ਨਾ ਇਹ ਗੱਲ ਦਾ ਨਹੀਂ ਵੀ ਆਹ ਚੀਜ਼ ਦਾ ਵੀ ਆਹ ਜਿਹੜੀ ਤੁਹਾਡੀ ਗੱਲ ਜਿਹੜਾ ਮਤਲਬ ਗੋਲੀ ਮੜੇ ਨਾਲ ਲਾਈ ਮੜੇ ਅਸੀਂ ਪਿੰਡ ਦੇ ਨਾਲ ਵੀਰੇ ਅਸ ਹੈਲੋ ਵੀਰ ਜੀ ਤੁਸੀਂ ਸਹਿਮਤ ਹੋ ਨਾ ਇਹ ਗੱਲ ਤੇ? ਹਾਂਜੀ ਹਾਂਜੀ ਯਾਰ ਕਰ ਰਹੇ ਨੇ ਪਿੰਡ ਦੇ ਫੈਸਲੇ ਤੇ ਸਹਿਮਤ ਹੋ ਅਸੀਂ? ਹਾਂਜੀ ਠੀਕ ਹੈ। ਮੈਂ ਸਾਰੇ ਪਿੰਡ ਦਾ ਬੱਚੇ ਪਾਲਣਾ ਨੇ ਜੀ ਨੇ ਠੀਕ ਹੈ ਪੁੱਛਣਾ ਬੰਦ ਸੀ ਮੈਂ ਕੱਲ ਕਿਹਾ ਅਗਲਾ ਕੱਲ ਨੂੰ ਕਹਿੰਦਾ ਕੱਲ ਕਿਹਾ ਉਹਨਾਂ ਉੱਤੇ ਜਦੋਂ ਪਹਿਲਾ ਪੰਚਾਇਤ ਤੇ ਕਮੇਟੀ ਨੇ ਮਤਾ ਪਾਇਆ ਮਤਲਬ ਤੇ ਤੁਸੀਂ ਐਨ ਬਿਲਕੁਲ ਸਹੀ ਬਿਲਕੁਲ ਮੌਜੂਦ ਆ ਜਾਂ ਠੀਕ ਹੈ ਜੀ ਐਨ ਓਕੇ ਆ ਜੀ ਨਾਲ ਵੱਲੋਂ ਠੀਕ ਹੈ ਛੱਡ ਆ ਚਾਹੀ ਲੋਕ ਆਈਆਂ ਇੱਕ ਨੇ ਵੀ ਕਦੇ ਵੀ ਕੁਝ ਗੱਲ ਹੋ ਗਈ ਮੇਰਾ ਗੱਲ ਠੀਕ ਹੈ ਗੁਰਦੁਆਰਾ ਸਾਹਿਬ ਜੌਲੀਆਂ ਜਿੱਥੇ ਕਿ ਪਾਵਨ ਸਰੂਪਾਂ ਦਾ ਅਗਨ ਭੇਟ ਦਾ ਮਾਮਲਾ ਆਇਆ ਸੀ ਸਾਹਮਣੇ ਅਤੇ ਇਸ ਵਕਤ ਸਾਡੇ ਨਾਲ ਪ੍ਰਧਾਨ ਕੁਲਵੰਤ ਸਿੰਘ ਖੜ੍ਹੇ ਨੇ ਨਾਲ ਹੋਰ ਪਤਵੰਤੇ ਗੁਰਸਿੱਖ ਪਿਆਰੇ ਖੜ੍ਹੇ ਨੇ ਭਾਈ ਸਾਹਿਬ ਪਿਛਲੇ ਦਿਨੀ ਬੀਬੀ ਜਗੀਰ ਕੌਰ ਜੀ ਆਏ ਨੇ ਉਚੇਚੇ ਤੌਰ 'ਤੇ ਇੱਥੇ ਗੁਰੂ ਘਰ ਪਹੁੰਚੇ ਨੇ ਉਹਨਾਂ ਨਾਲ ਕੀ ਗੱਲਬਾਤ ਹੋਈ ਹੈ ਉਹ ਕੀ ਕਹਿ ਕੇ ਗਏ ਨੇ? ਸਾਡੇ ਕੋਲ ਸਾਡੇ ਦੁੱਖ 'ਚ ਅਫਸੋਸ ਕਰਨ ਵਾਸਤੇ ਸਿੱਖ ਕੌਮ ਦੀ ਸਰਮੋਰ ਸੰਸਥਾ ਦੀ ਪ੍ਰਧਾਨ ਹੋਣ ਦੇ ਨਾਤੇ ਬੀਬੀ ਜਗੀਰ ਕੌਰ ਆਈ ਸੀ ਉਹਨਾਂ ਨੇ ਸਾਨੂੰ ਸਾਡੇ ਨਾਲ ਦੁੱਖ ਸਾਂਝਾ ਕੀਤਾ ਮੱਥਾ ਟੇਕਿਆ ਪਹਿਲਾਂ ਫਿਰ ਬੈਠ ਕੇ ਦੁੱਖ ਸਾਂਝਾ ਕਰਕੇ ਫਿਰ ਉਹਨਾਂ ਨੇ ਚਲੋ ਇਹ ਕਿਹਾ ਵੀ ਮੈਂ ਕੁਛ ਦੇਣ ਯੋਗ ਤਾਂ ਹੈ ਨਹੀਂ ਮੈਂ ਤਾਂ ਦੇ ਨਹੀਂ ਸਕਦੀ ਗੁਰੂ ਨੂੰ ਇਹ ਗੁਰੂ ਦੇ ਹੀ ਦਿੱਤਾ ਹੋਇਆ ਸ਼੍ਰੋਮਣੀ ਕਮੇਟੀ ਸਾਰੀ ਉਹਨਾਂ ਦੀ ਆ ਵੀ ਉਹਦੇ ਉਸ 'ਚੋਂ ਮੈਂ ਦੇਖ ਕੇ ਤੁਹਾਡਾ ਨਗਰ ਛੋਟਾ ਜਿਵੇਂ ਇਹਨੂੰ ਉਸੇ ਰੂਪ 'ਚ ਜਿਵੇਂ ਗੁਰੂ ਘਰ ਪਹਿਲਾਂ ਸੀ ਉਸੇ ਲੋਟ ਇਹਨੂੰ ਕਰ ਦਿਓ ਵੀ ਮੈਂ 10 ਲੱਖ ਰੁਪਈਆ ਦਊਂ ਹੋਰ ਵੀ ਜੇ ਲੋੜ ਹੋਊਗੀ ਉਹ ਵੀ 10 ਲੱਖ ਰੁਪਇਆ ਗੁਰੂ ਘਰ ਨੂੰ ਜੀ ਜੇ ਹੋਰ ਵੀ ਲੋੜ ਹੋਊਗੀ ਉਹ ਵੀ ਪੈਸੇ ਮੈਂ ਤੁਹਾਨੂੰ ਹੋਰ ਦਿਊਂਗੀ। ਇੱਕ ਪ੍ਰਧਾਨ ਸਾਹਿਬ ਹੋਰ ਪਤਾ ਲੱਗਿਆ ਜੀ ਜਿਹੜੇ ਨੌਜਵਾਨਾਂ ਨੇ ਉਸ ਟਾਈਮ ਜਾਣ ਦੀ ਬਾਜ਼ੀ ਲਾ ਕੇ ਮਹਾਰਾਜ ਜੀ ਦੇ ਸਰੂਪ ਬਾਹਰ ਲਿਆਉਂਦੇ ਨੇ ਉਹਨਾਂ ਨੂੰ 13-13 ਹਜ਼ਾਰ ਰੁਪਇਆ ਕਮੇਟੀ ਵੱਲੋਂ ਦੇਣ ਦੀ ਗੱਲ ਕਹੀ ਗਈ ਹੈ ਸਨਮਾਨਿਤ ਕੀਤਾ ਜਾਵੇਗਾ ਇਹ ਕਿਹਾ ਗਿਆ ਉਹਨਾਂ ਨੇ ਜੀ ਜਿਹੜੇ ਉਹ ਮੁੰਡੇ ਸੀ ਉਹਨਾਂ ਨੂੰ ਮੌਕੇ 'ਤੇ ਬੁਲਾਇਆ ਅਤੇ ਸਵਾਸੇ ਵੀ ਦਿੱਤੀ ਉਹਨਾਂ ਦਾ ਧੰਨਵਾਦ ਵੀ ਕੀਤਾ ਵੀ ਤੁਸੀਂ ਨੇ ਜਿਹੜਾ ਇੱਕ ਬਹੁਤ ਬੜਾ ਅਨਾਥ ਹੋਣ ਤੋਂ ਬਚਾਇਆ ਸੇ ਗੁਰੂ ਸਾਹਿਬ ਦੇ ਸਰੂਪ 'ਤੇ ਉਹ ਬਚਾਏ ਨੇ ਗੁਟਕਾ ਸਾਹਿਬ ਸੀ ਅਤੇ ਉਹਨਾਂ ਨੂੰ 52 ਹਜ਼ਾਰ ਰੁਪਈਆ ਜਿਹੜਾ ਇਨਾਮ ਦੇ ਕੇ ਗਏ ਨੇ ਵੀ ਤਾਂ ਕਿ ਹੋਰ ਵੀ ਜਿਹੜੇ ਬੰਦੇ ਨੇ ਜੇ ਕੱਲ੍ਹ ਨੂੰ ਕਿਤੇ ਕੋਈ ਘਟਨਾ ਵਾਪਰਦੀ ਆ ਵੀ ਉਹ 'ਚ ਵੱਧ ਤੋਂ ਵੱਧ ਸਹਿਯੋਗ ਦੇਣਾ।
ਹੌਸਲਾ ਜਾਣੀ ਉਹਨਾਂ ਨੇ ਹੌਸਲਾ ਬਜਾਇਆ ਵਾ ਉਹਨਾਂ ਨੂੰ ਹੌਸਲਾ ਬਜਾਈ ਕੀਤੀ ਆ ਇਹ ਕੋਈ ਐਲਾਨ ਨਹੀਂ ਮੌਕੇ ਤੇ ਹੀ ਦੇ ਕੇ ਗਏ ਨੇ ਅੱਜ ਜਿਵੇਂ ਪ੍ਰਕਾਸ਼ ਹੋਏ ਨੇ 4 ਜੁਲਾਈ ਨੂੰ ਭੋਗ ਪੈਣੇ ਨੇ ਸੰਗਤਾਂ ਵੱਡੀ ਗਿਣਤੀ 'ਚ ਇੱਥੇ ਪਹੁੰਚ ਰਹੀਆਂ ਨੇ ਅੱਜ ਤੱਕ ਦੀ ਜਿਹੜੀ ਕਾਰਵਾਈ ਕੀਤੀ ਗਈ ਉਸ ਔਰਤ 'ਤੇ ਲੱਡਾ ਕੋਠੀ ਦੇ ਵਿੱਚ ਪ੍ਰਸ਼ਾਸਨ ਦੁਆਰਾ ਉਹਦੇ ਬਾਰੇ ਪੂਰੀ ਜਾਣਕਾਰੀ ਦਿਓ ਹੁਣ ਤੱਕ ਦੀ ਕੀ ਕੁਛ ਹੋਇਆ ਉੱਥੇ ਜਿਹੜੀ ਸਾਡੀ 5 ਮੈਂਬਰੀ ਕਮੇਟੀ ਬਣੀ ਸੀ ਉਹ ਅਸੀਂ ਜਦੋਂ ਵੀ ਪੁਲਿਸ ਇਨਕੁਆਇਰੀ ਕਰ ਰਹੀ ਆ ਉਹ 5 ਮੈਂਬਰੀ ਕਮੇਟੀ ਨੂੰ ਵਿੱਚ ਬਿਠਾ ਕੇ ਕਰ ਰਹੇ ਨੇ ਸਾਡੇ ਸਾਹਮਣੇ ਉਹ ਔਰਤ ਆ ਮਤਲਬ ਕਿ ਅਤੇ ਨਾਲ ਹੀ ਜਿਹੜੇ ਮੁੰਡੇ ਉਹਨਾਂ ਦੇ ਗ੍ਰਿਫਤਾਰ ਕੀਤੇ ਨੇ ਕੱਲ੍ਹ ਹੀ ਅਸੀਂ ਜਾ ਕੇ ਆਏ ਹਾਂ ਉਹਨਾਂ ਨੂੰ ਵੀ ਪੁੱਛਗਿੱਛ ਕੀਤੀ ਹੈ ਜਿਹੜੀ ਬਹੁਤ ਬਰੀਕੀ ਨਾਲ ਪੁਲਿਸ ਪੁੱਛਗਿੱਛ ਕਰ ਰਹੀ ਆ ਪੁਲਿਸ ਨੇ ਸਾਨੂੰ ਵਿਸ਼ਵਾਸ ਦਵਾਇਆ SP ਸਾਹਿਬ ਨੇ ਅਤੇ DSP ਸਾਹਿਬ 2 SHO ਨੇ ਜਿਹੜੇ ਇਹਦੇ ਵਿੱਚ ਕਮੇਟੀ ਬਣੀ ਹੈ ਉਹਨਾਂ ਦੀ ਉਹਨਾਂ ਨੇ ਕਿਹਾ ਵੀ ਅਸੀਂ ਜੇ ਗੁਰੂ ਸਾਹਿਬ ਦੇ ਇਨਸਾਫ ਵਾਸਤੇ ਜੇ ਕੁਛ ਨਹੀਂ ਕਰਾਂਗੇ ਜਾਂ ਅਸੀਂ ਮਨ 'ਚ ਪਾਪ ਰੱਖੀਏ ਤਾਂ ਗੁਰੂ ਮਹਾਰਾਜ ਸਾਨੂੰ ਬਖਸ਼ੇ ਨਾ ਸਾਡੇ ਬੱਚਿਆਂ ਨੂੰ ਨਾ ਬਖਸ਼ੇ ਵੀ ਅਸੀਂ ਆਪਦੇ ਸੱਚੇ ਮਨੋਂ ਕਰਾਂਗੇ ਦੇਖੋ ਸਾਨੂੰ ਬਹੁਤ ਭਰੋਸਾ ਜਿਹੜੀ ਹੁਣ ਤੱਕ ਦੀ ਕਾਰਵਾਈ ਆ ਉਹ ਨਗਰ ਨਾਲ ਲੈ ਕੇ ਅਤੇ ਕਮੇਟੀ ਨਾਲ ਲੈ ਕੇ ਬਹੁਤ ਵਧੀਆ ਕਾਰਵਾਈ ਕਰ ਰਹੇ ਨੇ ਪ੍ਰਧਾਨ ਸਾਹਿਬ ਜਿਹੜਾ ਉਹ ਪਰਿਵਾਰ ਹੈ ਉਸ ਦੇ ਖਿਲਾਫ਼ ਇੱਕ ਮਤਾ ਵੇਖੀ ਗਈ ਹੈ ਵੀਡੀਓ ਜਿਸ ਦੇ ਵਿੱਚ ਤੁਸੀਂ ਮਤਾ ਪਾਇਆ ਪਿੰਡ 'ਚੋਂ ਉਹਨਾਂ ਨੂੰ ਛੇਕਣ ਦਾ ਉਸ ਦੇ ਬਾਰੇ ਉਹ ਜੀ ਜਿਹੜਾ ਮਤਾ ਪਾਇਆ ਪਿੰਡ ਦੀ ਸੰਗਤ ਨੇ ਕਿਉਂਕਿ ਜਿਹੜਾ ਇਹ ਬਹੁਤ ਬੜਾ ਪਾਪ ਹੋਇਆ ਸਾਡੇ ਨਗਰ 'ਤੇ ਜਿਹੜਾ ਰਹਿੰਦੀ ਦੁਨੀਆ ਤੱਕ ਉੱਤਰ ਨਹੀਂ ਸਕਦਾ ਉਸ ਚੀਜ਼ ਨੂੰ ਦੇਖਦੇ ਹੋਏ ਸਾਰੇ ਤੌਰ 'ਤੇ ਭਾਈਚਾਰੇ ਨੇ ਬੈਠ ਕੇ ਰਾਏ ਬਣਾਈ ਆ ਵੀ ਆਪਾਂ ਵੀ ਇਹਦੇ ਨਾਲ ਵਰਤੀਏ ਨਾ ਵੀ ਇਹਦੇ ਨਾਲ ਕੋਈ ਵਰਤ ਵਰਤਾਰਾ ਨਾ ਰੱਖੀਏ ਇਹਦੇ ਨਾਲ ਭਾਈਚਾਰਕ ਸਾਂਝ ਨਾ ਰੱਖੀਏ ਉਹਨੂੰ ਪਿੰਡ ਦੇ ਵਿੱਚੋਂ ਵੀ ਕੱਢਿਆ ਜਾਏਗਾ ਜਾਂ ਪਿੰਡ 'ਚ ਹੀ ਰਹੇਗੀ ਅਸੀਂ ਦੇਖੋ ਜਿਹੜਾ ਕਰਿਆ ਜਦੋਂ ਉਹਨੂੰ ਕੋਈ ਬੁਲਾਊ ਨਹੀਂ ਜਦੋਂ ਕੋਈ ਵੀ ਉਹ ਨਹੀਂ ਕਰੂਗਾ ਆਪੇ ਭੱਜ ਜਾਣੇ ਨੇ ਪਹਿਲੀ ਗੱਲ ਤਾਂ ਉਹ ਜੇਲ੍ਹ 'ਚੋਂ ਨਹੀਂ ਆਉਣੀ ਕਿਉਂ ਤਾਂ ਇਹੀਆਂ ਧਾਰਾਂ ਲੱਗ ਰਹੀਆਂ ਨੇ ਜਿਹਦੇ 'ਚ ਅਸੀਂ ਐਪਲੀਕੇਸ਼ਨਾਂ ਦਿੱਤੀਆਂ ਨੇ ਲਿਖਿਆ ਕੇ ਪੰਚਾਇਤ ਵੱਲੋਂ ਵੀ ਪਿੰਡ ਵੱਲੋਂ ਵੀ ਕਮੇਟੀ ਵੱਲੋਂ ਵੀ ਸਾਰਿਆਂ ਵੱਲੋਂ ਅਤੇ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਨੇ ਵੀ ਸਾਡੇ ਨਾਲ ਜਾ ਕੇ SSP ਸਾਹਿਬ ਨੂੰ ਅਤੇ ਉਹ 'ਤੇ ਧਾਰਾ ਜਿਹੜੀਆਂ ਲੱਗ ਰਹੀਆਂ ਨੇ ਉਹਦੇ 'ਚ ਲੱਗ ਮੈਨੂੰ ਨਹੀਂ ਲੱਗਦਾ ਵੀ ਉਹ ਜਿਉਂਦੀ ਵਾਪਸ ਆਊਗੀ ਮਰੂਏ ਉਹ ਕੁਲਵੰਤ ਸਿੰਘ ਜੀ ਤੁਹਾਡੇ ਮਾਧਿਅਮ ਰਾਹੀਂ ਮਾਤਾ ਜੰਗੀਰ ਕੌਰ SGPC ਪ੍ਰਧਾਨ ਜਿਹੜੇ ਨੇ ਅਸੀਂ ਉਹਨਾਂ ਨੂੰ ਵੀ ਇੱਕ ਬੇਨਤੀ ਕਰਾਂਗੇ ਤੁਹਾਡੇ ਮਾਧਿਅਮ ਤੋਂ ਵੇਖੋ ਕਿਤੇ ਵੀ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਵਾਪਰਦੀ ਹੈ ਵੱਧ ਤੋਂ ਵੱਧ 295 ਲੱਗਦੀ ਹੈ ਇੱਕ ਪਾਸੇ ਬਕਾਇਦਾ ਜਿਹੜਾ ਰੂਲ ਹੈ ਇੱਕ ਸਟੇਟ ਹੈ SGPC ਇੱਕ ਪੰਜਾਬ ਦੇ ਸਟੇਟ ਵਾਂਗ ਇੱਕ ਵੱਖਰੀ ਇੱਕ ਸਟੇਟ ਹੈ ਪੂਰੀ ਪਾਵਰ ਰੱਖਦੀ ਹੈ ਕਿ ਹਰ ਵਾਰ ਜਦੋਂ ਬੇਅਦਮੀਆਂ ਹੁੰਦੀਆਂ ਰਹਿਣਗੀਆਂ 295 ਲਾਈ ਜਾਏਗੀ ਜਦੋਂ ਕਿ ਜਾਗਦ ਜੋਤ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਕਿ ਸ਼ਬਦ ਨੇ ਸਾਡੇ ਗੁਰੂ ਸਾਹਿਬਾਂ ਨੇ ਸਿਖਾਏ ਨੇ SGPC ਉੱਤੇ ਪਹਿਰਾ ਦੇ ਰਹੀ ਹੈ ਅੱਗੇ ਪ੍ਰਚਾਰਕ ਪ੍ਰਚਾਰ ਕਰ ਰਹੇ ਨੇ ਪਰ ਕੀ ਇੱਥੇ ਕਤਲ ਦਾ ਮਾਮਲਾ ਨਹੀਂ ਦਰਜ ਹੋਣਾ ਚਾਹੀਦਾ ਬਿਲਕੁਲ ਜੀ ਮੇਰੀ ਸਰਕਾਰਾਂ ਨੂੰ ਵੀ ਦੋਵਾਂ ਨੂੰ ਸੈਂਟਰ ਅਤੇ ਪੰਜਾਬ ਨੂੰ ਵੀ ਬੇਨਤੀ ਆ ਅਸੀਂ ਮੰਗ ਵੀ ਕਰਦੇ ਹਾਂ ਵੀ ਜਿਹੜਾ 302 ਦਾ ਪਰਚਾ ਹੋਣਾ ਚਾਹੀਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਜਗ ਦੀ ਜੋਤ ਨੇ ਇਹਨਾਂ ਦੇ ਨਾਲ ਰਜਿਸਟਰੀ ਵੀ ਹੁੰਦੀ ਆ ਕਾਨੂੰਨ ਮੁਤਾਬਕ ਹੈ ਕਾਨੂੰਨ ਮੁਤਾਬਕ ਜਦੋਂ ਇਹ ਰਜਿਸਟਰੀ ਹੋ ਸਕਦੀ ਹੈ ਫਿਰ 302 ਦਾ ਪਰਚਾ ਕਿਉਂ ਨਹੀਂ ਲੱਗਦਾ ਜਦੋਂ ਇੱਕ ਹੱਤਿਆ ਕੀਤੀ ਆ ਉਹ 'ਚ 302 ਦਾ ਪਰਚਾ ਲੱਗਣਾ ਚਾਹੀਦਾ ਇਹ ਜਿਹੜੀ ਉਸ ਕਾਨੂੰਨ ਜਿਹੜੇ ਸ਼੍ਰੋਮਣੀ ਕਮੇਟੀ ਨੂੰ ਪਾਵਰ ਦੇਣੀ ਚਾਹੀਦੀ ਆ ਜਿਹੜੇ 'ਚ ਸ਼੍ਰੋਮਣੀ ਕਮੇਟੀ ਉਹ ਕਰ ਸਕੇ ਉਹਨਾਂ 'ਤੇ ਕੁਲਵੰਤ ਸਿੰਘ ਜੀ ਇੱਕ ਹੋਰ ਜੋ ਦੱਸੋ ਜਿੱਥੇ ਵੀ CCTV ਕੈਮਰੇ ਲੱਗਦੇ ਨੇ ਚਾਹੇ ਧਾਰਮਿਕ ਸਥਾਨ ਨੇ ਸਮਾਜਿਕ ਨੇ ਪਬਲਿਕ ਪਲੇਸ ਨੇ ਭਾਵ ਸਰਕਾਰੀ ਕਿਤੇ ਅਦਾਰੇ ਨੇ ਉੱਥੇ ਜਿਹੜਾ ਕੰਟਰੋਲ ਹੁੰਦਾ ਉਸ ਸੰਬੰਧਿਤ ਅਧਿਕਾਰੀ ਨੂੰ ਪਤਾ ਹੁੰਦਾ ਇਹ ਖਰਾਬ ਨੇ ਜਾਂ ਨਹੀਂ ਖਰਾਬ ਤੁਹਾਡੇ ਸ਼ਬਦਾਂ ਦੇ ਵਿੱਚ ਇੱਥੋਂ ਜਿਹੜਾ ਦੁਕਾਨਦਾਰ ਹੈ ਉੱਥੋਂ 3 ਦਿਨ ਪਹਿਲਾਂ ਔਰਤ ਤੋਂ ਤੇਲ ਲੈ ਗਈ ਸੀ ਤੁਹਾਡੀ ਕਮੇਟੀ ਪੂਰੇ ਪਿੰਡ ਦਾ ਇਹ ਕਹਿਣਾ ਹੈ ਕਿ ਜਿਸ ਦਿਨ ਇਹ ਘਟਨਾ ਵਾਪਰੀ ਹੈ ਉਸ ਤੋਂ 1-2 ਦਿਨ ਪਹਿਲਾਂ ਹੀ ਕੈਮਰੇ ਠੀਕ ਕਰੇ ਨੇ ਨੌਜਵਾਨਾਂ ਨੇ ਇਸ ਦਾ ਮਤਲਬ ਉਸ ਔਰਤ ਨੂੰ ਪਤਾ ਸੀ ਕਿ ਕੈਮਰੇ ਖਰਾਬ ਨੇ ਤਾਂ ਉਹ 3 ਦਿਨ ਪਹਿਲਾਂ ਗਈ ਹੈ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਉਸ ਔਰਤ ਕੋਲ ਜਾਣਕਾਰੀ ਕਿਵੇਂ ਗਈ ਦੇਖੋ ਮੈਂ ਕਲੀਅਰ ਕਰਨਾ ਚਾਹੁੰਦਾ ਇੱਕ ਸਾਡੇ ਗੁਰੂ ਘਰ ਦੇ ਸਾਹਮਣੇ ਚੌਂਕੜੀ ਆ ਜਿੱਥੇ ਬਜ਼ੁਰਗ ਬਹਿੰਦੇ ਨੇ ਉਹ ਤਕਰੀਬਨ ਉੱਥੇ 15-20 ਬੰਦੇ ਬੈਠੀ ਹੁੰਦੇ ਨੇ ਉਹ ਔਰਤ ਜਿਹੜੀ ਇੱਕ ਚਲਾਕ ਆ ਉਹਨੂੰ ਆਪਾਂ ਬੋਲੀ ਨਹੀਂ ਕਹਿ ਸਕਦੇ ਉਹਨੇ ਦੇਖਿਆ 3 ਦਿਨ ਦੇਖਦੀ ਰਹੀ 3 ਦਿਨ ਪਹਿਲਾਂ ਤੇਲ ਲਿਆ ਤੇਲ ਵੀ ਉਹਨੇ ਰੂੜੀ 'ਚ ਲੁਕੋਇਆ ਅਤੇ ਉਹ 3 ਦਿਨ ਦੇਖਦੀ ਰਹੀ 3ਜੇ ਦਿਨ ਜਾ ਕੇ ਕਿਤੇ ਉਹਨੇ ਕਾਰਾ ਕੀਤਾ ਜਦੋਂ ਇੱਥੇ ਬੰਦੇ ਨਹੀਂ ਸੀ ਅਤੇ ਉਹ ਕੁਝ ਦਿਨ ਪਹਿਲਾਂ ਦੇਖੋ ਕੈਮਰੇ ਵਾਲਾ ਜਿਹੜਾ ਉਹਨੇ ਮੂੰਹ ਢੱਕਣਾ ਜਾਂ ਹੋਰ ਆਪਾਂ ਕਹਿੰਦੇ ਹਾਂ ਉਹ ਇਸ ਕਰਕੇ ਨਹੀਂ ਢੱਕਿਆ ਕਿਉਂਕਿ ਉਹਨੂੰ ਇਹ ਸੀ ਵਿਸ਼ਵਾਸ ਵੀ ਕੈਮਰੇ ਤਾਂ ਖਰਾਬ ਨੇ ਅਤੇ ਉਹ ਚੀਜ਼ ਦਾ ਕਿਉਂਕਿ ਗੁਰੂ ਘਰ ਸਾਡੇ ਭਾਈ ਜੀ ਨੇ ਦੱਸਿਆ ਆਉਂਦੀ ਵੀ ਰਹੀ ਆ ਉਹ ਕਹਿਣ ਤੁਹਾਡੇ ਕਹਿਣ ਤੋਂ ਭਾਵ ਬਹੁਤ ਤੇਜ਼ ਤਰਾਰ ਹੈ ਪ੍ਰਸ਼ਾਸਨ ਆਪਣੇ ਪਰਿਵਾਰਾਂ ਤੱਕ ਦੀ ਸਹੁੰ ਖਾ ਰਿਹਾ ਠੀਕ ਹੈ ਜੀ ਤਾਂ ਇਸ ਹਿਸਾਬ ਨਾਲ ਫਿਰ ਇਹ ਔਰਤ ਜਿਹੜੀ ਹੈ ਅੱਗੇ ਵਾਸਤੇ ਹੋਰ ਗੁਰਧਾਮਾਂ ਦੇ ਵਿੱਚ ਵੀ ਜੇ ਇਹੀ ਘਟਨਾ ਵਾਪਰੇਗੀ ਕਿਉਂਕਿ ਤੁਸੀਂ ਵੇਖੋ ਤੁਸੀਂ ਤੋਂ ਭਾਵ ਜਿਹੜੀ ਤੁਹਾਡੀ ਸਾਰੀ ਉੱਥੇ ਕਮੇਟੀ ਗਈ ਹੈ ਇਹਦਾ ਮਤਲਬ ਨਹੀਂ ਮੰਨਦੇ ਹੋ ਨਾ ਕਿ ਉਹ ਬਹੁਤ ਜ਼ਿਆਦਾ ਐਕਸਪਰਟ ਹੈ ਤਾਂ ਪ੍ਰਸ਼ਾਸਨ ਹੁਣ ਫਿਰ ਇੱਥੇ ਕੀ ਕਰੇਗਾ ਸਾਡਾ ਪ੍ਰਸ਼ਾਸਨ ਨੂੰ ਇੱਕੇ ਸਵਾਲ ਹੁੰਦਾ ਵੀ ਬੌਲੇ ਵਾਲੀ ਗੱਲ ਜਿਹੜੀ ਕਰਦੇ ਨੇ ਇਹ ਨਹੀਂ ਹੈ
ਤੁਸੀਂ ਇਹਦੀ ਬਰੀਕੀ ਤੱਕਰ ਜਾਓ ਵੀ ਇਹ ਬੈਗ 'ਤੇ ਇਹਦੇ ਕੌਣ ਆ। ਉਹਦੇ 'ਚ ਕੱਲ੍ਹ ਉਹਦੇ ਦੋ ਮੁੰਡੇ ਨੇ ਇਨਕੁਆਇਰੀ 'ਚ, ਇੱਕ ਮੁੰਡਾ ਤਾਂ ਦੇਖੋ ਉਹਨੇ ਜਿਹੜੀ ਦੱਸੀ ਉਹ ਮਿਲੀ, ਜਿਹੜਾ ਦੂਸਰਾ ਬੇਟਾ ਸੀ ਛੋਟਾ ਉਹਦਾ ਥੋੜ੍ਹਾ ਜਿਹਾ ਫਰਕ ਪਿਆ ਜਿਹੜਾ ਬਿਆਨਾਂ 'ਚ ਉਹਦੇ, ਉਸ 'ਤੇ ਪੁਲਿਸ ਇਨਕੁਆਇਰੀ ਕਰ ਰਹੀ ਆ, ਉਹਨੂੰ ਇੰਟੈਰੋਗੇਟ ਵੀ ਕੀਤਾ, ਸਾਡੇ ਸਾਹਮਣੇ ਵੀ ਕੀਤਾ, ਅੱਗੇ ਵੀ ਕਰ ਰਹੇ ਨੇ, ਕੈਮਰੇ ਨੇ ਜਿੱਥੇ ਉਹ ਫੈਕਟਰੀ 'ਚ ਲੱਗਿਆ ਸੀ ਉਹ ਦੇਖ ਰਹੇ ਨੇ, ਜਿਹੜੇ ਉਹਦੇ ਫੋਨ ਦੇ ਡੰਪ ਨੇ ਵੀ ਕਿੱਥੇ ਕਿੱਥੇ ਗਿਆ ਉਹ ਉਹਨਾਂ ਨੇ ਸਾਨੂੰ ਦੱਸਿਆ ਬਰੀਕੀ ਤੌਰ 'ਤੇ ਵੀ ਇੱਥੇ ਇੱਥੇ ਗਿਆ, ਅਤੇ ਉਹਦੇ 'ਚ ਫਰਕ ਸੀ, ਤਾਲਮੇਲ ਉਹਦਾ ਮਿਲਦਾ ਨਹੀਂ ਸੀ ਉਹ ਚੀਜ਼ ਦਾ ਜਿਹੜੀ ਦੱਸ ਰਿਹਾ ਸੀ, ਅਤੇ ਉਹਦੇ ਨਾਲ ਸਾਨੂੰ ਵੀ ਕੋਈ ਸ਼ੱਕ ਹੋਇਆ ਵੀ ਉਹ ਮੁੰਡੇ ਦਾ ਵੀ ਹੋ ਸਕਦਾ ਹੱਥ ਹੋਵੇ। ਇਹ ਗੱਲ ਨੂੰ ਨੋਟ ਕੀਤਾ ਜਾਵੇ, ਬਹੁਤ ਹੀ ਸਨਮਾਨਯੋਗ ਹਸਤੀ ਨੇ, ਇਹਨਾਂ ਦਾ ਕਿਰਦਾਰ ਬਿਲਕੁਲ ਸਾਫ਼ ਸੁੱਚਾ ਇਸ ਏਰੀਏ ਦੇ ਵਿੱਚ, ਇਹ ਆਉਣ ਦੀ ਰਿਕਾਰਡ ਇਹ ਗੱਲ ਕਹਿ ਰਹੇ ਨੇ। ਜਿਹੜੀ ਕਮੇਟੀ ਗਈ ਇਹਨਾਂ ਸਿੰਘ ਇਹਨਾਂ ਦੇ ਨਾਲ, ਜਿਹੜੇ ਹੋਰ ਸਿੰਘ ਗਏ ਨੇ ਉੱਥੇ, ਮਾਂ ਪੁੱਤਰਾਂ ਦੇ ਬਿਆਨ ਆਪਸ ਦੇ ਵਿੱਚ ਨਹੀਂ ਰਲੇ, ਪ੍ਰਸ਼ਾਸਨ ਪੂਰਾ ਜ਼ੋਰ ਲਾ ਰਿਹਾ। ਵੇਖਣਾ ਹੁਣ ਸੰਗਤ ਨੇ, ਜਿਹੜੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ, ਗੁਰੂ ਘਰ ਨੂੰ ਪਿਆਰ ਕਰਨ ਵਾਲੇ ਨੇ, ਇਸ ਦਾ ਫੈਸਲਾ ਕੀ ਹੋਣਾ ਚਾਹੀਦਾ। ਕੈਮਰਾਮੈਨ ਸੋਨੂ ਵਿਰਕੇ ਦੇ ਨਾਲ ਮੈਂ ਜੌਲੀਆਂ ਦੇ ਗੁਰਦੁਆਰਾ ਸਾਹਿਬ ਤੋਂ ਬਹੁਤ ਬਹੁਤ ਧੰਨਵਾਦ। ਨਗਰ ਜੌਲੀਆਂ ਦੇ ਵਿੱਚ ਜਿੱਥੇ ਪਿਛਲੇ ਦਿਨੀ ਪਾਵਨ ਸਰੂਪਾਂ ਨੂੰ ਅਗਨ ਭੇਟ ਕਰਨ ਦੀ ਘਟਨਾ ਵਾਪਰੀ ਸੀ, ਇਸ ਦੇ ਦੌਰਾਨ ਹੀ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਏ ਨੇ, 4 ਜੁਲਾਈ ਨੂੰ ਭੋਗ ਪੈਣਗੇ। ਇਸ ਦੇ ਨਾਲ ਹੀ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਸੁਰੱਖਿਆ ਵਜੋਂ ਸਾਡੇ ਨਾਲ ਨੇ ਸਰਦਾਰ ਸੁਖਰਾਜ ਸਿੰਘ ਘੁੰਮਣ, ਪੁਲਿਸ ਅਧਿਕਾਰੀ, ਇਹਨਾਂ ਨੂੰ ਪੁੱਛਾਂਗੇ। ਸਰ, ਹੁਣ ਤੱਕ ਦੀ ਕੀ ਜੋ ਜਾਣਕਾਰੀ ਹੈ, ਕੀ ਇਸ 'ਤੇ ਜਿਹੜੇ ਪ੍ਰਬੰਧ ਨੇ? ਮਿਤੀ 25/6/2021 ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਮੰਦਭਾਗੀ ਘਟਨਾ ਵਾਪਰੀ ਸੀ, ਜਿਸ ਕਰਕੇ ਗੁਰੂ ਸਾਹਿਬ ਗ੍ਰੰਥ ਸਾਹਿਬ ਅਗਨੀ ਭੇਟ ਹੋ ਗਏ ਸੀ, ਜਿਸ ਨੂੰ ਮੁੱਖ ਰੱਖਦੇ ਹੋਏ ਪੁਲਿਸ ਵੱਲੋਂ ਪਰਚਾ ਦਰਜ ਕਰਕੇ ਜਿਹੜਾ ਮੇਨ ਦੋਸ਼ੀ ਸੀ, ਜਿਹਨੇ ਅੱਗ ਲਾਈ ਸੀ, ਉਹਨੂੰ ਗ੍ਰਿਫਤਾਰ ਕਰ ਲਿਆ ਸੀ, ਅਤੇ ਉਹ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ, ਹੋਰ ਹਰ ਐਂਗਲ ਤੋਂ ਚੱਲ ਰਹੀ ਹੈ, ਕੋਈ ਵੀ ਇਹੋ ਜਿਹਾ ਪੱਖ ਨਹੀਂ ਹੈਗਾ ਜਿਹੜਾ ਉਹ ਵੈਰੀਫਾਈ ਨਾ ਕੀਤਾ ਜਾਵੇ। ਇਸ ਸੰਬੰਧੀ ਗੁਰਦੁਆਰਾ ਅਤੇ ਹੋਰ ਧਾਰਮਿਕ ਪਾਰਟੀਆਂ ਵੱਲੋਂ ਇੱਕ ਕਮੇਟੀ ਬਣਾ ਕੇ ਸਾਨੂੰ ਦਿੱਤੀ ਗਈ ਸੀ, 6 ਮੈਂਬਰੀ, ਜਿਨ੍ਹਾਂ ਦੀ ਹਾਜ਼ਰੀ ਵਿੱਚ, ਜਿਨ੍ਹਾਂ ਦੇ ਸਾਹਮਣੇ ਅਸੀਂ ਪੁੱਛਗਿੱਛ ਕਰਦੇ ਹਾਂ, ਅਤੇ ਜੋ ਫੈਕਟ ਨੇ ਉਹਨਾਂ ਦੇ ਸਾਹਮਣੇ ਜਨਤਕ ਕੀਤੇ ਜਾਂਦੇ ਨੇ। ਅਤੇ ਹੁਣ ਅੱਜ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਗੁਰਦੁਆਰਾ ਸਾਹਿਬ ਦੀ ਸ਼ਰਧਾਂਜਲੀ ਸਮਾਰੋਹ ਸੰਬੰਧੀ ਅੱਜ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤਾ, ਇਹ ਸੰਬੰਧੀ ਜਿਹੜੀ ਹੈ ਪੁਲਿਸ ਵੱਲੋਂ ਪੁਖਤਾ ਇੰਤਜ਼ਾਮ ਨੇ, ਅਤੇ ਸਾਡੀ ਦਿੱਲੀ ਹੈਗਾ ਵੀ ਦਿਲੋਂ ਅਸੀਂ ਜਿਹੜੀ ਹੈ ਸਾਡੀ ਟੀਮ ਹੈ ਸ਼੍ਰੀ ਮਾਨ ਯੋਗ SSB ਸਾਹਿਬ ਸ਼੍ਰੀ ਵਿਵੇਕ ਸਿੰਘ ਸੋਨੀ ਦੀ ਰਹਿਨਮਾਈ ਹੇਠ, ਅਗਵਾਈ ਹੇਠ ਪ੍ਰੋਪਰ ਸਹੀ ਢੰਗ ਨਾਲ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ, ਕਿਸੇ ਵੀ ਐਂਗਲ ਤੋਂ ਜਿਹੜੀ ਹੈ ਉਹ ਇਨਵੈਸਟੀਗੇਸ਼ਨ 'ਚ ਕੋਈ ਪੱਖ ਨਹੀਂ ਰਹੇਗਾ। ਜਿਸ ਤਰ੍ਹਾਂ ਇੱਥੇ ਨਗਰ ਦੀ ਕਮੇਟੀ, ਗੁਰੂ ਘਰ ਦੀ ਕਮੇਟੀ ਨਾਲ ਗੱਲਬਾਤ ਵੀ ਕੀਤੀ ਗਈ ਹੈ, ਜੇਕਰ ਉਹਨਾਂ ਦਾ ਵਿਊ ਲਿਆ ਗਿਆ, ਜੋ ਵੀ ਉਹ ਲਗਭਗ ਪੁਲਿਸ ਕਾਰਵਾਈ ਤੋਂ ਸੰਤੁਸ਼ਟ ਨੇ ਕਿ ਪ੍ਰਸ਼ਾਸਨ ਆਪਣੇ ਤੌਰ 'ਤੇ ਠੀਕ ਕਰ ਰਿਹਾ, ਪਰ ਜੇਕਰ ਸਰ ਫਿਰ ਵੀ ਵੇਖਿਆ ਜਾਵੇ ਜਿਸ ਤਰ੍ਹਾਂ ਔਰਤ ਸੁਣਨ ਦੇ ਵਿਚ ਆ ਰਿਹਾ ਕਮੇਟੀ ਦੁਆਰਾ ਕਹਿਣ ਮੁਤਾਬਕ ਜਾਂ ਅਧਿਕਾਰੀਆਂ ਦੇ ਕਹਿਣ ਮੁਤਾਬਕ ਉਹ ਟਸ ਤੋਂ ਮਸ ਨਹੀਂ ਹੋ ਰਹੀ, ਫਿਰ ਇਸ ਤਰ੍ਹਾਂ ਸਰ ਆਉਣ ਵਾਲੇ ਸਮੇਂ 'ਚ ਆਏ ਕਿ ਕੋਈ ਵੀ ਧਰਮ ਹੈ ਉਸ ਦੇ ਨਾਲ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਕਿਵੇਂ ਰੁਕ ਸਕਦੇ ਨੇ? ਦੇਖੋ, ਤੁਸੀਂ ਪਿੰਡਾਂ ਦਾ ਪੱਖ ਵੀ ਲੈ ਲਿਆ, ਕਮੇਟੀ ਦਾ ਪੱਖ ਵੀ ਲੈ ਲਿਆ, ਪਿੰਡ ਵਾਲਿਆਂ ਦਾ ਪੂਰਨ ਸਹਿਯੋਗ ਸਾਨੂੰ ਮਿਲ ਰਿਹਾ, ਅਤੇ ਪਿੰਡ ਵਾਲੇ ਪੁਲਿਸ ਦੀ ਤਫਤੀਸ਼ ਤੋਂ ਪ੍ਰੋਪਰ ਸਹਿਮਤ ਨੇ, ਕਿਉਂਕਿ ਹਰ ਐਂਗਲ 'ਤੇ ਜਾ ਕੇ ਉਹ ਸਾਡੇ ਨਾਲ, ਹਰ ਪੁਆਇੰਟ 'ਤੇ ਸਾਡੇ ਨਾਲ ਉਹ ਪੁੱਛਗਿੱਛ ਸਾਡੇ ਨਾਲ ਸ਼ੇਅਰ ਕਰਦੇ ਨੇ, ਅਤੇ ਸਾਡੀ ਵੀ ਉਹਨਾਂ ਨੂੰ ਅਪੀਲ ਹੈ ਵੀ ਕੋਈ ਵੀ ਉਹਨਾਂ ਨੂੰ ਕੋਈ ਕਲੂ, ਕੋਈ ਕਿਸੇ ਪਾਸ ਤੋਂ ਵੀ ਕੋਈ 0.1% ਵੀ ਕਦੋਂ ਪਤਾ ਲੱਗਦਾ ਕਿਸੇ 'ਤੇ ਸ਼ੱਕ ਹੈ, ਉਹ ਸਾਨੂੰ ਸ਼ੇਅਰ ਕਰੋ, ਉਹ ਸਾਨੂੰ ਹਰ ਐਂਗਲ 'ਤੇ ਸਾਡੇ ਨਾਲ ਸ਼ੇਅਰ ਕਰਦੇ ਨੇ, ਗੱਲਬਾਤ ਕਰਦੇ ਨੇ, ਅਤੇ ਜਿਸ ਕਰਕੇ ਜਿਹੜੀ ਹੈ ਇਹ ਤਫਤੀਸ਼ ਇੱਕ ਸਾਂਝੀ ਤਫਤੀਸ਼ ਤੌਰ 'ਤੇ ਜਿਹੜੀ ਅਸੀਂ ਕਰ ਰਹੇ ਹਾਂ ਵੀ ਕਿਸੇ ਪੱਖ ਤੋਂ ਵੀ ਇਹਨੂੰ ਜਿਹੜਾ ਕੋਈ ਲਾਪਰਵਾਹੀ ਕੋਈ ਰਹਿ ਨਾ ਜਾਵੇ, ਤਾਂ ਕਿ ਕੋਈ ਹੋਰ ਕੋਈ ਬੰਦਾ ਆ ਕੇ ਕਹੇ ਵੀ ਕੋਈ ਤਫਤੀਸ਼ ਕਰੇ ਵੀ ਇਹ 'ਚ ਆਹ ਐਂਗਲ ਰਹਿ ਗਿਆ, ਲੇਕਿਨ ਸਾਡਾ ਜਿਹੜੀ ਹੈ ਵੀ ਕਿਸੇ ਵੀ ਐਂਗਲ ਤੋਂ ਕੋਈ ਪੱਖ ਨਹੀਂ ਰਹੂਗਾ। ਜਿਸ ਤਰ੍ਹਾਂ ਕਿ ਸੂਤਰਾਂ ਮੁਤਾਬਕ ਇਹ ਵੀ ਚਰਚਾ ਦੇ ਵਿੱਚ ਕਿ ਲਗਭਗ ਇਸ ਕਾਰਜ ਵਾਸਤੇ 250 ਪੁਲਿਸ ਅਧਿਕਾਰੀਆਂ ਦੀ ਟੀਮ ਜਿਹੜੀ ਲੱਗੀ ਹੋਈ ਹੈ ਤਾਂ ਕਿ ਕਿਸੇ ਨਤੀਜੇ 'ਤੇ ਪਹੁੰਚਿਆ ਜਾ ਸਕੇ। ਇਹ ਸਨ ਸਾਡੇ ਨਾਲ ਸੁਖਰਾਜ ਸਿੰਘ ਘੁੰਮਣ ਸਾਹਿਬ, ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ ਜੀ, ਥੈਂਕ ਯੂ ਭਾਅ ਜੀ।